ਕੁੜੀ ਸਾਡੀ ਬਾਹਰ ਫਸੀ ਆ, ਤੁਹਾਨੂੰ ਵੀ ਪਤਾ ਵਾ ਕੀ ਭਾਜੀ, ਤੈਨੂੰ ਪਤਾ ਨੀ ਕੀ ਭਾਜੀ ਕੀ ਚੱਲਦਾ ਉੱਥੇ ਨਾਲ? ਕੁਝ ਨੀ ਚੱਲਦਾ, ਮੈਂ ਬਿਠਾ ਇਹਨੂੰ ਗੱਡੀ 'ਚ, ਇੱਧਰ ਕਹੋ ਇਹਨੂੰ ਭੈਣ ਨੂੰ ਵਿੱਚ ਬਿਠਾ, ਆ ਜਾਓ ਭੈਣ ਨਾਲ ਕਹੋ ਵਿੱਚ। ਵੀਰੇ ਮੇਰੀ ਗੱਲ ਸੁਣ ਲੈ, ਇੱਕ ਅਸੀਂ ਸੰਸਥਾ ਵੱਲੋਂ ਆਏ ਆ, ਸੰਸਥਾ ਵੱਲੋਂ ਆਏ ਆ ਅਸੀਂ, ਚੁੱਪ ਰਿਹਾ ਮੇਰਾ ਵੀਰ, ਜਾ ਗੁੱਡੀ ਹੋਇਆ ਮੈਂ ਤਾਂ ਪੈਸੇ ਨੀ ਟੁੱਟੇ ਹੁਣ। ਕੋਈ ਨੀ ਕੋਈ ਨੀ, ਆਓ ਵੀਰ ਜੀ ਤੁਸੀਂ ਆ ਜਾਓ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੇਰੀ ਭੈਣ, ਹੋਰ ਠੀਕ ਠਾਕ? ਵਧੀਆ ਹਾਂਜੀ, ਠੀਕ ਵਧੀਆ, ਸ਼ੁਕਰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਜੀ? ਹਾਂਜੀ ਹਾਂਜੀ ਵਧੀਆ, ਸਤਿ ਸ਼੍ਰੀ ਅਕਾਲ, ਸ਼ੁਕਰ ਹੈ, ਸ਼ੁਕਰ ਹੈ ਰੱਬ ਦਾ। ਮੈਨੂੰ ਪਹਿਲਾਂ ਦੱਸ ਦੇ ਮੈਂ ਪੈਸੇ ਟੁੱਟੇ ਲਿਆਉਂਦਾ? ਨਹੀਂ ਨਹੀਂ, ਹਾਂ ਮੈਂ ਤਾਂ ਗੂਗਲ ਪੇ ਕਰਾ ਲਾ। ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਮੈਂ ਤੁਹਾਨੂੰ ਪਛਾਣਿਆ ਨੀ, ਐਡੀ ਵੱਡੀ ਜ਼ਿੰਦਗੀ ਦਾ ਵਰਦਾਨ ਦਿੱਤਾ ਤੁਸੀਂ। ਇਹ ਮੰਮੀ ਨਾ ਤੁਹਾਡੀ? ਹਾਂਜੀ, ਮੈਂ ਤੁਹਾਨੂੂੰ ਪਛਾਣਿਆ ਨੀ ਇੱਕੇ ਦਮ ਤੇ। ਮੈਂ ਪਤਾ ਕੀ ਕਰਨਾ ਫਿਰ ਬੂਹਾ ਟੋਲੇ ਕਾਂਦੀ ਆਊਗੀ ਹਾਂ ਵਧੀਆ ਗੁੱਡ ਗਿਆ ਵਾਹਵਾ ਦਿਨ ਹੋ ਗਿਆ ਨਾ ਇਹਨੂੰ, ਜਿੱਦਣ ਤੇਰਾ ਟਾਈਮ ਲੱਗਦਾ ਉਦਣ ਮੇਰਾ ਨੀ ਲੱਗਦਾ, ਜਿੱਦਣ ਮੇਰਾ ਲੱਗਦਾ ਉਦਣ ਤੇਰਾ ਨੀ ਲੱਗਦਾ। ਹੋਰ ਠੀਕ ਠਾਕ? ਵਧੀਆ, ਬਹਿ ਜਾ ਬਹਿ ਜਾ ਇੱਥੇ ਬਹਿ ਜਾ ਚਲੋ ਸ਼ੁਕਰ ਹੈ ਰੱਬ ਦਾ ਹੈ ਨਾ ਮੈਂ ਕੋਈ ਆਊ ਜਾਂਦਾ ਫਿਰ ਮੇਰੇ ਨਾਲ ਤਾਂ ਖੁੱਲਾ ਰਹਿੰਦਾ ਮੈਨੂੰ ਨੀ ਕੋਈ ਚੱਕਰ ਬਹਿ ਜਾ ਲੱਗੇ ਕਿ ਡਰ ਲੱਗਦਾ ਮੇਰੇ ਤੋਂ ਨਹੀਂ ਮੇਰੇ ਡਰ ਤਾਂ ਰਹਿੰਦਾ ਸ਼ੁਕਰ ਹੈ ਰੱਬ ਦਾ ਜੇ ਤੂੰ
ਮੇਰਿਆਂ ਨੇ ਡੱਕਤਾ ਸੀ ਨਾਲ ਦੀ ਜਿਹੜੀ ਆਪਣੀ ਸੰਸਥਾ ਨਾ ਉਹਨੇ ਡੱਕਦਾ ਵੀ ਨਹੀਂ ਆਪਾਂ ਕੁੜੀਆਂ ਨੀ ਕਢਵਾਉਣੀਆਂ ਕੁੜੀਆਂ ਝੂਠ ਬਹੁਤ ਮਾਰਦੀਆਂ ਵਾ ਤੂੰ ਵੀ ਮੇਰੇ ਸਾਹਮਣੇ ਮੈਨੂੰ ਕਿੰਨੇ ਕੁ ਚਿਰ ਫੋਨ ਲਾਉਂਦੀ ਰਹੀ ਆ ਮੈਂ ਤਾਂ ਵੀਰ ਬਾਬਾ ਤੁਹਾਨੂੰ ਪਰ ਕਈ ਲੋਕ ਹੁੰਦੇ ਹੁਣ ਜਿਵੇਂ ਆਪਣੇ ਵੀ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਕਈ ਲੋਕ ਨਹੀਂ ਚੰਗੇ ਹੁੰਦੇ ਜੇ ਤੁਸੀਂ ਕਿਹਾ ਤੇ ਮੈਂ ਇੱਕੋ ਗੱਲ ਕਹੀ ਮੈਂ ਪੁੱਤ ਮੈਨੂੰ ਪ੍ਰੂਫ ਚਾਹੀਦਾ ਤੇ ਸੱਚ ਜਾਣੀ ਕਿ ਜਦੋਂ ਮੈਂ ਪ੍ਰੂਫ ਚੈੱਕ ਕੀਤਾ ਨਾ ਕੁਦਰਤੀ ਮੈਂ ਰਾਤ ਦੇ 10-11 ਵਜੇ ਦਾ ਟਾਈਮ ਹੀ ਉਦੋਂ ਤੇ ਮੈਂ ਵੀਡੀਓ ਵੇਖੀ ਤੇ ਮੈਨੂੰ ਇੰਨਾ ਹੀ ਹੋਰ ਆਇਆ ਜੀ ਨੂੰ ਕੁਛ ਵੇਖ ਕੇ ਦਮ ਮੈਂ ਪੁੱਤ ਮੈਨੂੰ ਪਰ ਆਪਣੀ ਮੰਮੀ ਨੂੰ ਕਹਿ ਕੇ ਮੈਨੂੰ ਫੋਨ ਲਾ ਦੇ ਹਨਾ ਚਲੋ ਵਾਹਿਗੁਰੂ ਕਰਨ ਦਾ ਵੀ ਧੰਨਵਾਦ ਵੀਰ ਦਾ ਵਿਚਾਰੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਿਲ ਜੁਲ ਕੇ ਮੈਨੂੰ ਉੱਥੋਂ ਕਢਾ ਦਿੱਤਾ ਵੀਰ ਜੀ ਸੱਚੀ ਤੇ ਬਹੁਤ ਮੁਸ਼ਕਲ ਸੀ ਉੱਥੇ ਤਾਂ ਵੀਰਾ ਵੇਖਿਆ ਹੀ ਕੁੜੀਆਂ ਦਾ ਕਿੱਡਾ ਬੁਰਾ ਹਾਲ ਆ ਪਰ ਉਹ ਮੁੰਡੇ ਨੇ ਆਉਂਦੇ ਸਾਰੀਆਂ ਡਿਲੀਟ ਕਰਤੀਆਂ ਇੱਕ ਕੁੜੀ ਦੇ ਵਿਚਾਰੇ ਦੇ ਗਿੱਟੇ ਤੋੜੇ ਤੇ ਇੱਕ ਦੀ ਲੱਤ ਸਾੜੀ ਪਈ ਸਾਰੀ ਇੱਥੋਂ ਲੈ ਕੇ ਇੱਥੋਂ ਤੱਕ ਉੱਥੋਂ ਦੇ ਬੰਦੇ ਤੇ ਕੀ ਗਲਤੀ ਆ ਕੁੜੀ ਜਿਹੜੀਆਂ ਜਨਾਨੀਆਂ ਨਾ ਉਹ ਵੀ ਕਹਿੰਦੀ ਕੁੜੀਆਂ ਦੇ ਲਾਗੇ ਖਲੋ ਖਲੋ ਕੇ ਗੰਦਗੀਆਂ ਹਰਕਤਾਂ ਕੁੜੀਆਂ ਨੂੰ ਹੱਥ ਮਾਰਦੀਆਂ ਵਾਹਿਗੁਰੂ ਕੋਈ ਆਂਦੀ ਮੇਰਾ ਬੰਦਾ ਨੀ ਹੈਗਾ ਮੇਰੇ ਤੂੰ ਬੰਦੇ ਵਰਗੀ ਆ ਤੇ ਮੈਂ ਤੇ ਆਪ ਕਹਿੰਦੀ ਆ ਵੀ ਇਹਨੂੰ ਕਹਿੰਦੀ ਮੈਂ ਕਿਹਾ ਜੋ ਕੁਛ ਵੀ ਉੱਥੋਂ ਦੀਆਂ ਹਰਕਤਾਂ ਤੂੰ ਚੁੱਚੀ ਦੱਸ ਜਿਹੜੀਆਂ ਭੈਣਾਂ ਨੇ ਜਾਣਾ ਉਹ ਵੀ ਤੇਰੇ ਵਰਗੀਆਂ ਜਿਹੜਾ ਹਾਲ ਸਾਡਾ ਸੀ ਨਾ
ਉਹਨਾਂ ਦਾ ਵੀ ਸਾਰੀਆਂ ਦਾ ਉੱਥੇ ਉਹ ਹਾਲ ਹੀ ਹੁੰਦਾ, ਬਹੁਤ ਬੁਰਾ ਹਾਲ। ਮੈਂ ਕੋਲ ਕਹਿੰਦੀ ਵੀਰੇ ਬਹੁਤ ਬੁਰਾ ਹਾਲ ਕਰਦੇ ਰਹੇ ਉੱਥੇ ਤੇ। ਵਾਹਿਗੁਰੂ। ਮੈਨੂੰ ਪਤਾ ਉੱਥੋਂ ਭੈਣਾਂ ਕਿੱਦਾਂ ਨਿਕਲ ਕੇ ਆਈਆਂ। ਚੱਲ ਮੇਰੇ ਤੇ ਵੀਰ ਜੀ ਤੁਸੀਂ ਵਾਧੂ ਮੇਰੀ ਮਦਦ ਕੀਤੀ ਆ। ਮੈਂ ਆ ਗਈ ਆ ਕਈ ਭੈਣਾਂ ਤੇ ਉੱਥੋਂ ਵਿਚਾਰੀਆਂ ਪਹਾੜਾ ਥਾਣੀ ਭੱਜ ਭੱਜ ਕੇ ਆਈਆਂ, ਪਾਣੀ ਥਾਣੀ ਤਰ ਤਰ ਕੇ। ਇੰਨਾ ਬੁਰਾ ਹਾਲ ਹੋਇਆ ਵਿਚਾਰੀਆਂ ਜਿਸ ਤਰ੍ਹਾਂ ਆਈਆਂ ਦੱਸ ਦਿਆਂ ਇੱਕ ਦੂਜੇ ਨੂੰ ਦੱਸ ਦੇ ਮੁੰਡੇ ਸੱਦ ਦਿਆਂ ਵਾ ਕੁੜੀਆਂ ਵਾਸਤੇ ਕਿ ਤੁਹਾਡਾ ਇਹਨਾਂ ਨਾਲ ਵਿਆਹ ਕਰਦੀਆਂ ਕੁੜੀਆਂ ਚੋਰੀ ਪਹਾੜਾ ਥਾਣੀ ਭੱਜ ਕੇ। ਤੁਸੀਂ ਤਾਂ ਇੰਨੀ ਮਦਦ ਕੀਤੀ ਚੇਚੀ ਵੀ ਕਰਨ ਨੇ ਇੰਨੇ ਇੰਨੇ ਮੁਸੀਬਤਾਂ ਵੀ ਦਿਨਾਂ ਗਣਾ ਕੇ ਲਿਆਂਦਾ ਕਢਾਇਆ ਵਾ। ਤੁਸੀਂ ਪਿੱਛੋਂ ਜ਼ੋਰ ਲਾਇਆ ਤੇ ਆ ਗਈ, ਇਹਨੂੰ ਤਾਂ ਇਹਨਾਂ ਰਾਵਾਂ ਦਾ ਵੀ ਨਹੀਂ ਪਤਾ, ਇਹਨੂੰ ਤਾਂ ਭਾਵੇਂ ਉਹ 2 ਸਾਲਾਂ ਬਾਅਦ ਬਣਾਉਣ ਦਿੰਦੇ। ਨਹੀਂ ਭੈਣ ਨਹੀਂ ਆਉਂਦੀਆਂ, ਕਈ ਕਈਆਂ ਜਨਾਨੀਆਂ ਨੂੰ ਕਿੰਨਾ ਕਿੰਨਾ ਟਾਈਮ ਹੋ ਜਾਂਦਾ ਉੱਥੇ। ਸਹੀ ਗੱਲ ਵੀਰ ਜੀ, ਮੈਨੂੰ ਤਾਂ ਪਤਾ ਹੀ ਨਹੀਂ। ਸਹੀ ਗੱਲ, ਮੈਨੂੰ ਨਹੀਂ ਪਤਾ, ਮੈਨੂੰ ਤੇ ਤੁਹਾਡੇ ਤੱਕ ਕਿੰਨਾ ਨੇ ਪਹੁੰਚਾਇਆ, ਮੈਨੂੰ ਤਾਂ ਪਤਾ ਹੀ ਨਹੀਂ। ਮੈਨੂੰ ਆਂਦੇ ਵੀਰੂ ਨਹੀਂ ਹੈਗੇ, ਆਪਾਂ ਉਹਨਾਂ ਨਾਲ ਗੱਲ ਕਰਦੇ, ਕੋਈ ਗੱਲ ਨਹੀਂ। ਤੇ ਆਂਟੀ ਕਿੱਥੋਂ ਲਿਆ ਸੀ ਨੰਬਰ? ਤੁਹਾਡਾ ਨੰਬਰ? ਅਸੀਂ ਤੁਹਾਡਾ ਨੰਬਰ ਆ ਤੁਹਾਡਾ ਪ੍ਰੋਗਰਾਮ ਵੇਖਦੇ ਰਹਿੰਦੇ ਆ। ਹੁਣ ਅੱਜ ਵੀ ਵਿਚਾਰੀ ਇੱਕ ਕਬੂਥਲੇ ਦਾ ਆਇਆ ਕੇਸ ਇੱਧਰ ਦੇਖ, ਵਿਚਾਰੀ ਉਹ ਵੀ ਰੋਈ ਜਾਂਦੀ ਮਾਤਾ। ਸਿਆਣੀ ਮਰਦੀ ਆ ਕੁੜੀ ਗਈ ਆ ਨਾ, ਸਾਨੂੰ ਕੱਲੀ ਨੂੰ 10 ਦਿਨ ਹੋ ਗਏ ਸੀ ਤੇ ਤੁਹਾਡਾ ਇਸ ਤਰ੍ਹਾਂ ਹੀ ਪ੍ਰੋਗਰਾਮ ਵੇਖਿਆ ਤੇ ਮੈਂ ਬੜਾ ਘੱਲ ਕੇ ਪੱਛੋ ਤੋਣੀ ਹਾਂ। ਫਿਰ ਅਸੀਂ ਉਦੋਂ ਤੋਂ ਹੀ ਨੰਬਰ ਸਾਂਭ ਲਏ 10 ਦਿਨਾਂ ਬਾਅਦ ਹੀ, ਤੋਂ ਫਿਰ ਸਹੀਆ ਸਹੀਆ ਮੁਸ਼ਕਲਾਂ ਆਉਂਦੀਆਂ ਗਈਆਂ। ਜਦੋਂ ਤੈਨੂੰ ਗੁੜੀਆ ਘੱਲਿਆ ਸੀਗਾ ਤੈਨੂੰ ਦੁਬਈ ਦਾ ਕਿਹਾ ਸੀ ਜਾਂ ਕਿੱਥੋਂ ਦਾ ਕਿਹਾ ਸੀਗਾ? ਮੈਨੂੰ ਦੁਬਈ ਦਾ ਕਿਹਾ। ਦੁਬਈ ਦਾ? ਹਾਂਜੀ। ਉਹ ਦੱਸ ਫਿਰ ਕੀ ਕੀ ਹਾਲਾਤ ਉੱਥੋਂ ਦੇ ਮੇਰੀ ਭੈਣ ਦੱਸੀ। ਮੈਨੂੰ ਵੀਰ ਜੀ ਦੁਬਈ ਦਾ ਕਿਹਾ ਸੀ ਤੇ ਦੁਬਈ ਖੜਿਆ ਵੀ ਦੁਬਈ ਸੀ, ਦੁਬਈ ਤੋਂ ਮੁੜ ਕੇ ਜਿਹੜੀ ਸਾਡੀ ਏਜੰਟ ਆਈ ਉਹਨੇ ਮੈਨੂੰ ਭੇਜਿਆ ਸੀ ਉੱਥੇ ਅਜਮਾਨ। ਕਿਹੜੀ ਏਜੰਟ ਸੀ? ਏਜੰਟ ਉੱਥੇ ਖਜਾਮਾ ਸੀ। ਖਾਤਿਮਾ? ਖਾਤਿਮਾ ਹਾਂ। ਕਿੱਥੋਂ ਦੀ ਉਹ? ਉਹ ਹੈਗੀ ਸੀ ਦੁਬਈ ਦੀ। ਅੱਛਾ। ਉਹ ਦੁਬਈ ਦੀ, ਦੁਬਈ ਤੋਂ ਉਹਨੇ ਗਾਂ ਮੈਨੂੰ ਭੇਜਿਆ ਸੀ। ਅੱਛਾ। ਹਾਂਜੀ। ਤੇ ਪੈਸੇ ਕਿੰਨੇ ਲਏ ਉਹਨਾਂ? ਪੈਸੇ ਤਾਂ ਉਹਨਾਂ ਨੇ ਸਾਡੇ ਤੋਂ ਲਿਆ ਗਾ 45,000 ਰੁਪਇਆ ਲਿਆ ਗਾ ਨਾ। 45,000 ਰੁਪਇਆ ਲਿਆ ਗਾ ਉਹਨਾਂ ਨੇ। ਮਜਬੂਰੀ ਦੇ ਮਾਰਿਆ ਘੱਲਿਆ ਮੈਂ ਹੁਣ ਇੱਥੇ ਆਪਦੇ ਪੇਕੇ ਰਹਿੰਦੀ ਆ ਨਾ। ਦੂਜੇ ਬੱਚੇ ਮੇਰੇ ਛੋਟੇ ਵੱਡੀ ਤਾਂ ਵੀ ਆਹ ਲਾਗੇ ਥਾਂ ਵੀ ਕੰਡਿਆ ਸੀ ਤੇ ਕਹਿੰਦੇ ਚੱਲ ਇੱਥੇ ਕਮਰਾ ਪਾਲਾ ਤੇ ਲਾਗੇ ਚੱਲ ਤੇਰੇ 2 ਬੱਚੇ ਬਣ ਜੂਗਾ। ਤੇ ਮੈਂ ਕਿਹਾ ਚੱਲ ਚੱਲ ਜਾਂਗੇ ਤੇ ਘਰ ਬਣ ਜੂਗਾ, ਪਰ ਆਹ ਥੋੜਾ ਪਤਾ ਸੀ ਉਧਰ ਤੇ ਜੰਟਾ ਵੀ ਨਾ ਰਲੀਆਂ ਵਾ ਤੇ। ਸਹੀ ਗੱਲ। ਹੁਣ ਕਈ ਲੋਕ ਕਹਿੰਦੇ ਲੈ ਤੁਸੀਂ ਮਾਤੜ ਏਜੰਟ ਵਾ ਵਿਚਾਰੇ, ਉਹਨਾਂ ਨੂੰ ਤੰਗ ਕਰਦੇ ਹਨਾ ਵੀਰੋ, ਤੁਸੀਂ ਮੈਨੂੰ ਵੀਡੀਓ ਦੇ ਵਿੱਚ ਬਹੁਤ ਕਹਿੰਦੇ ਹਨਾ, ਪਰ ਆਹ ਵੇਖ ਲਓ ਪਰਿਵਾਰ ਵੀ ਕਿੱਦਾਂ ਦਾ ਵਿਚਾਰੀ ਦਾ, ਨਾ ਭਰਾ ਸਿਰ ਤੇ ਆ ਬੱਚੀ ਦਾ, ਨਾ ਪਿਓ ਸਿਰ ਤੇ ਆ, ਮਾਮਾ ਜਿਹੜਾ ਉਹ ਵਿਚਾਰਾ ਹੈਂਡ ਗਿਆ ਬੇਟਾ, ਇਹ ਵੀ ਵਿਚਾਰੇ ਮਾਤੜ ਵਾ। ਹੁਣ ਜੇਕਰ ਅਸੀਂ ਉਹਦੇ ਗੱਲ 'ਚ ਨਾ ਰੱਸੀ ਪਾਉਂਦੇ, ਉਹ ਜਿਹੜੀ ਏਜੰਟ ਵਾ ਸੁਲਤਾਨਪੁਰ ਵਾਲੀ ਜਿਹੜਾ ਤੁਸੀਂ ਵੇਖਿਆ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੂੰ ਇੱਕ ਫਿਲਮੀ ਸਟਾਈਲ ਨਾਲ ਉਹਨੂੰ ਸੱਦ ਕੇ, ਠੀਕ ਆ ਜੀ, ਉਹਨੂੰ ਕਿਹਾ ਸੀ ਭੈਣ ਨੂੰ, ਮੈਂ ਕਿਹਾ ਭੈਣੇ ਤੂੰ ਇੱਦਾਂ ਜਾ ਕੇ ਬੋਲੀ ਉਹਨੂੰ ਫੋਨ ਲਾਵੀਂ। ਪਹਿਲਾਂ ਤਾਂ ਉਹ ਵਿਧੀ ਗੱਲ ਨਹੀਂ ਸੀ ਕਰਦੀ, ਦੱਸਦੀ ਨਹੀਂ ਸੀ ਮੇਰਾ ਐਡਰੈਸ ਕਿੱਥੋਂ ਦਾ ਵਾ। ਅਸੀਂ ਉਹਨੂੰ ਕਿਹਾ ਕਿ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਭੈਣ ਨੇ ਉਹਨੂੰ ਕਿਹਾ ਵੀ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਮੈਂ ਕੋਈ ਕੁੜੀ ਦੇਣਾ ਚਾਹੁੰਦੀ ਹਾਂ ਅਤੇ ਵਿੱਚੋਂ ਮੈਨੂੰ ਚੱਲ ਕਮਿਸ਼ਨ ਦੇ ਦੀ। ਇਸ ਬਹਾਨੇ ਉਹ ਆਪਾਂ ਨੂੰ ਸੁਲਤਾਨਪੁਰ ਲੋਧੀ ਭੈਣ ਨੂੰ ਮਿਲੀ, ਅਤੇ ਜਦੋਂ ਭੈਣ ਨੂੰ ਮਿਲੀ ਗੱਡੀਆਂ 'ਚ ਬੈਠਿਆ ਸੀ ਉਹਨੂੰ ਗੱਡੀ 'ਚ ਭਾ ਲਿਆ ਫਿਰ। ਪਰ ਕੀ ਕਰੀਏ ਭੈਣ, ਉੱਦਾਂ ਇਹ ਲੋਟ ਹੀ ਨਹੀਂ ਆਉਂਦੇ ਲੋਕ। ਕਈ ਵੀਰ ਮੈਨੂੰ ਕਹਿੰਦੇ ਆ ਕਿ ਯਾਰ ਉੱਥੋਂ ਭੈਣਾਂ ਤੋਂ ਕੰਮ ਨਹੀਂ ਹੁੰਦਾ, ਪਰ ਜਿਹੜਾ ਇਸ ਬੱਚੀ ਦੀ ਮੇਰੇ ਕੋਲ ਵੀਡੀਓ ਆਈ ਹੈ ਮੈਂ ਫੇਸਬੁੱਕ ਤੇ ਪਾ ਨਹੀਂ ਸਕਦਾ ਕਿਉਂਕਿ ਵੀ ਮੇਰੀਆਂ ਭੈਣਾਂ ਵਰਗੀ ਧੀਆਂ ਵਰਗੀ ਜਿੱਦਾਂ ਦੀ ਮੇਰੀ ਆਹ ਧੀ ਆ, ਪਰ ਇੰਨਾ ਇਸ ਬੱਚੀ ਨਾਲ ਧੱਕਾ ਹੁੰਦਾ ਸੀਗਾ ਕਿ ਜਿਹੜਾ ਉਹ ਅਰਬੀ ਸੀਗਾ
ਅਰਬੀ ਇਸ ਬੱਚੀ ਨਾਲ ਮਤਲਬ ਕਿ ਗਲਤ ਇਹਨੂੰ ਇਸ਼ਾਰੇ ਕਰਦਾ ਸੀ, ਜਿਸ ਦੀ ਮੈਨੂੰ ਵੀਡੀਓ ਆਈ ਜਦੋਂ ਅਸੀਂ ਸੁਲਤਾਨਪੁਰ ਲੋਧੀ ਜਾ ਕੇ ਫਿਰ ਇਸ ਭੈਣ ਨੂੰ ਉੱਥੋਂ ਕਢਵਾਇਆ ਤੇ ਮੈਨੇ ਕਦੀ ਕੁੱਟਮਾਰ ਵੀ ਹੋਈ? ਸੱਚ ਦੱਸੀ ਝੂਠ ਨਹੀਂ ਕੋ ਮਿਲਣਾ? ਕਿਹਨੇ ਕੁੱਟਿਆ ਸੀ? ਹੋਈ ਸੀ, ਉਹਨਾਂ ਦੇ ਬੁੱਢੇ ਨੇ ਮੈਨੂੰ ਦੋ ਵਾਰੀ ਮਾਰਿਆ ਸੀ ਤੇ ਹੁਣ ਜਿਹੜੀ ਬੁੱਢੀ ਉਹਨੇ ਵੀ ਮਾਰਿਆ ਮੈਨੂੰ ਦੋ ਵਾਰੀ। ਕਈ ਵੀਰ ਕਹਿ ਦਿੰਦੇ ਆ ਕਿ ਯਾਰ ਇਹ ਕੁੜੀਆਂ ਜਾਂਦੀਆਂ ਵਾ ਬਾਅਦ ਵਿੱਚ ਇੱਥੇ, ਉੱਥੇ ਉਹਨਾਂ ਤੋਂ ਕੰਮ ਨਹੀਂ ਹੁੰਦਾ, ਫਿਰ ਕੰਮ ਦਾ ਕਰਕੇ ਆ ਜਾਂਦੀਆਂ ਵੀ ਕੰਮ ਤੇ। ਗੱਲ ਇਹ ਸੱਚਾਈ ਆ ਕੀ? ਨਹੀਂ ਵੀਰ ਜੀ, ਕੀ ਸੱਚਾਈ ਫਿਰ ਦੱਸ। ਸੱਚਾਈ ਇਹ ਆ ਵੀ ਉੱਥੇ ਕੁੜੀਆਂ ਦਾ ਧੱਕਾ ਹੁੰਦਾ ਗਾ, ਉੱਧਰ ਉਹ ਦੇਸ਼ ਨਹੀਂ ਸਹੀ ਹੈਗਾ। ਮੈਂ ਸਾਰੀਆਂ ਭੈਣਾਂ ਨੂੰ ਇਹੋ ਰਿਕੁਐਸਟ ਕਰਦੀ ਆ ਕਿ ਉਧਰਲੇ ਦੇਸ਼ ਨਾ ਕੋਈ ਜਾਵੇ, ਦੁਬਈ ਕੰਟਰੀ ਵਾਲ, ਓਮਾਨ ਵਾਲ, ਉਹ ਦੇਸ਼ ਕੁੜੀਆਂ ਵਾਸਤੇ ਨਹੀਂ ਸਹੀ ਹੈਗਾ। ਮੈਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਕਿ ਉੱਧਰ ਨਾ ਜਾਓ, ਉਹ ਕੁੜੀਆਂ ਵਾਸਤੇ ਨਹੀਂ ਦੇਸ਼ ਸਹੀ ਹੈਗਾ। ਗਾਰਡਨ ਦੇ ਵਿੱਚ ਕੁੜੀਆਂ ਰਹਿੰਦੀਆਂ ਉੱਥੇ ਵੀਰੇ, ਉਹ ਕੁੜੀਆਂ ਇੰਨੀਆਂ ਗਲਤ ਕੰਮ ਹੁੰਦੇ ਨਾ ਕੁੜੀਆਂ ਨਾਲ ਕੀ ਪਤਾ ਹੈਗਾ, ਬਹੁਤ ਗਲਤ ਕੰਮ। ਮੈਂ ਸ਼ੁਕਰ ਕਰਦੀ ਤੁਸੀਂ ਇਹਨੂੰ ਟਿਕਾਣੇ ਤੇ ਪਾਇਆ ਸੀ ਉੱਥੇ, ਕੋਈ ਡਰ ਨਹੀਂ, ਕੁਆਰੀਆਂ ਕੁੜੀਆਂ ਨੂੰ ਬੱਚੇ ਹੋਣ ਵਾਲੇ ਆ। ਵਾਹਿਗੁਰੂ। ਤੇ ਵਿਚਾਰੀਆਂ ਰੋਣ ਡਈਆਂ, ਉਹ ਕਹਿੰਦੀਆਂ ਹੁਣ ਕੀ ਕਰੀਏ, ਜ਼ਿੰਦਗੀ ਜਿੱਦਾਂ ਹੀ ਇੱਥੇ ਕੱਢ ਕੁੱਟ ਲੈਣੀ, ਘਰੇ ਕੀਤਾ ਪਹੁੰਚਣਾ ਕਿ ਨਹੀਂ। ਬੜਾ ਟਾਈਮ ਆ, ਮੇਰੇ ਪਿੰਡ ਦੀ ਭੈਣ ਤੁਹਾਡੀ ਉਮਰ ਦੀ ਹੋਣੀ, ਤੁਹਾਡੇ ਤੋਂ ਵੀ ਜ਼ਿਆਦਾ ਹੋਣੀ ਆ, ਮੇਰੇ ਉਹਦੇ ਮੁੰਡੇ ਵੀ ਬਹਿ ਗਏ। ਉਹ ਵਿਚਾਰੀ ਸਾਲ ਇੱਕ ਲਾ ਕੇ ਆਈ, ਉਦੋਂ ਆਪਣੀ ਨਾ ਸੋਸਾਇਟੀ ਨਹੀਂ ਸੀ ਆਪਣੀ ਹੈਗੀ ਇੱਦਾਂ, ਤੇ ਮਤਲਬ ਬਾਹਰ ਹੋਣੀ ਸੀ ਮੈਂ ਮੰਗਾਉਂਦਾ। ਤੇ ਹੁਣ ਚਲੋ ਜਿਵੇਂ ਕਰਨ ਵੀਰ ਹੋਣੀ ਮੇਰੀ ਨੂੰ ਚੜ੍ਹਦੀ ਕਲਾ ਵਾਲੇ, ਚੱਲ ਵੀਰ ਮਿਲੇ ਬਾਹਰੋਂ, ਹੁਣ ਵੀ ਮੈਂ ਕੋਈ ਵੀ ਮੈਂ ਕੇਸ ਆਵੇ ਮੈਨੂੰ, ਮੈਂ ਕਰਨ ਨੂੰ ਕਹਿ ਦੇਣਾ ਹੁੰਦਾ, ਇੱਧਰੋਂ ਮੈਂ ਜ਼ੋਰ ਲਾ ਦੇਣਾ ਵਾਹਿਗੁਰੂ ਦੀ ਮਿਹਰ ਨਾਲ, ਉਧਰੋਂ ਕਰਨੇ ਉਧਰ ਰਹਿੰਦੀ ਗੱਲ ਨਹੀਂ ਕਰਨ। ਕਿੱਦਾਂ ਦਾ ਵੀਰ ਸੀਗਾ ਜੇ ਤੂੰ ਉਹਨੂੰ ਮਿਲੀ, ਕਿੱਦਾਂ ਦਾ ਸੁਭਾਅ ਸੀ ਉਹਦਾ? ਵੀਰ ਕਰਨ ਨੇ ਬਹੁਤ ਸਾਥ ਦਿੱਤਾ, ਬਹੁਤ ਵਧੀਆ ਸੁਭਾਅ ਸੀ। ਤੇ ਇੱਕ ਹੋਰ ਵੀਰ, ਉਹ ਵੀਰ ਦਾ ਮੈਨੂੰ ਨਾਂ ਦਾ ਨਹੀਂ ਪਤਾ, ਉਹ ਸਿਰ ਪਾਕਿਸਤਾਨੀ ਸੀ ਉਹ? ਨਹੀਂ, ਇੱਕ ਉਹ ਵੀਰ ਨੇ ਪੈਸੇ ਪਾਏ ਵੀਰ ਕਰਨ ਨੂੰ। ਉਹ ਦੂਜਾ ਕੀ ਨਾਂ ਸੀ ਉਹਦਾ ਯਾਰ? ਕੁਲਵਿੰਦਰ ਕੇ ਪਤਾ ਨਹੀਂ ਕਿ, ਉਹ ਵੀਰ ਨੇ ਬਹੁਤ ਸਾਥ ਦਿੱਤਾ। ਹਾਂਜੀ, ਉਹਨੇ ਵੀ ਵੀਰ ਨੇ ਪੈਸੇ ਸੇਵਾ ਭੇਜੀ ਸੀ, ਕਿਉਂਕਿ ਉਹ ਗੱਲ ਇਦਾਂ ਸੀ ਨਾ ਭੈਣੇ, ਫਿਰ ਉਹ ਜਿਉਂ ਤੈਨੂੰ ਲੈਣ ਗਿਆ, ਕਿਉਂਕਿ ਟੈਕਸੀ ਕੀਤੀ ਕਿਰਾਏ ਤੇ ਕੀਤੀ, ਫਿਰ ਰੂਮ ਇਹਨਾਂ ਕਿਰਾਏ ਤੇ ਰਹਿ ਕੇ, ਕਿਉਂਕਿ ਤੈਨੂੰ ਤੜਕੇ 2 ਵਜੇ ਲੈਣਾ ਸੀ ਇਹਨੂੰ, ਤੜਕੇ 2 ਵਜੇ ਨੂੰ ਉੱਥੋਂ ਕੰਧ ਟਪਾਉਣੀ ਸੀਗੀ। ਰਾਤ ਨੂੰ ਜਾ ਕੇ ਉਹਨਾਂ ਵਿਚਾਰਿਆਂ ਨੇ ਰੂਮ ਲਿਆ, ਰੂਮ 'ਚ ਰਹਿ, ਫਿਰ ਤੜਕੇ 2 ਵਜੇ ਜਿਹੜੀ ਇਹਨੇ ਲੋਕੇਸ਼ਨ ਦੱਸੀ ਉੱਥੇ ਲੋਕੇਸ਼ਨ ਤੇ ਜਾ ਕੇ ਉਹਨੂੰ ਲੈ ਕੇ ਆਉਂਦਾ ਵਿਚਾਰੀ ਨੂੰ। ਤੇ ਉਹ ਵਿਚਾਰੀ ਨੂੰ ਹੁਣ ਉਹ ਪੈਸਿਆਂ ਦੀ ਲੋੜ ਹੁੰਦੀ ਆ, ਤੇ ਉਹ ਫਿਰ ਉਹਨੇ ਵਿਚਾਰਨੇ, ਚਲੋ ਤੁਹਾਡੇ ਤੋਂ ਤੇ ਨਾ ਕੋਈ ਕਿਸੇ ਨੇ ਪੈਸੇ ਲਿਆ? ਨਹੀਂ ਨਹੀਂ ਵੀਰੇ, ਮੇਰੇ ਤੋਂ ਲਿਆ, ਬਹੁਤ ਸਾਥ ਦਿੱਤਾ ਵੀਰ ਹੁਣੀ, ਬਹੁਤ ਵਧੀਆ ਸੁਭਾਅ ਵੀਰ ਹੁਣ। ਚਲੋ ਧੰਨਵਾਦ ਤੁਹਾਡਾ ਵੀਰੇ, ਬਹੁਤ ਧੰਨਵਾਦ ਤੁਸੀਂ ਜਿਆਦਾ ਸਾਥ ਦਿੱਤਾ, ਨਾਲ ਭਰਾ ਤੁਸੀਂ ਵੀ ਸਭ ਤੋਂ ਜ਼ਿਆਦਾ ਦਿੱਤਾ, ਤੁਹਾਡੀ ਮਿਹਰਬਾਨੀ ਜਿਨ੍ਹਾਂ ਨੇ ਤੁਸੀਂ ਕਿੱਥੋਂ ਤੱਕ ਨਹੀਂ ਤੇ ਵੀਰ, ਜੇ ਤੁਸੀਂ ਆਲੜੇ ਤੱਕ ਜਾਣਾ ਤਾਂ ਅਗਲੇ ਕਹਿੰਦੇ 50 ਰੁਪਏ ਦੋ ਤੇਲ ਪਾਈਏ ਮੋਟਰਸਾਈਕਲ 'ਚ। ਗੱਲ ਮਤਲਬ ਪਤਾ, ਦੂਰ ਤੱਕ ਮਾ ਗੱਡੀਆਂ ਭਜਾਈਆਂ ਵਾ ਤਾਂ ਕਿਤੇ ਫ੍ਰੀ ਥੋੜਾ ਚੱਲਦੀਆਂ ਗੱਡੀਆਂ। ਗੱਲ ਮਤਲਬ ਪਤਾ ਕੀ ਆ, ਚਲੋ ਇਹ ਸੰਗਤ ਮੈਨੂੰ ਸਹਿਯੋਗ ਦਿੰਦੀ ਆ, ਸਪੋਰਟ ਕਰਦੀ ਆ, ਜਿਵੇਂ ਤੁਸੀਂ ਆਸ਼ਰਮ ਵੇਖਿਆ ਸੀਗਾ ਹਨਾ। ਦੂਜੀ ਮੈਨੂੰ ਇਹ ਆ ਕਿ ਇਹ ਮੇਰੀਆਂ ਧੀਆਂ ਵਾ, ਜਿਵੇਂ ਆਹ ਧੀ ਆ ਤੁਹਾਡੀ, ਇਹ ਵੀ ਮੇਰੀ ਧੀ ਆ ਹਨਾ। ਜੇ ਅੱਜ ਮੈਂ ਕਿਸੇ ਦੀ ਧੀ ਦੀ ਇੱਜ਼ਤ ਪੱਤ ਬਚਾਊਂਗਾ, ਰੱਖੂੰਗਾ ਹਨਾ, ਤੇ ਕੱਲ ਨੂੰ ਕੀਤਾ ਰੱਬ ਮੇਰੀ ਵੀ ਬਚਾਊਗਾ, ਕਿਉਂਕਿ ਵੀਰ ਜੀ ਅੱਜ ਤੋਂ ਇਹਨੇ 10 ਸਾਲਾਂ ਨੂੰ, ਕਿਉਂਕਿ ਇਹਦੀ ਉਮਰ 8-9 ਸਾਲ ਆ, ਇਹਨੇ ਅੱਜ ਤੋਂ 6-7 ਸਾਲਾਂ ਨੂੰ ਜਵਾਨ ਹੋਣਾ ਵਾ, ਤੇ 6-7 ਸਾਲਾਂ ਨੂੰ ਕਲਯੁਗ ਨੇ ਹੋਰ ਵਧਣਾ ਵਾ। ਅੱਜ ਤੋਂ 10 ਸਾਲ ਪਿੱਛੇ ਚੱਲ ਜਾਓ, ਉਦੋਂ ਮੋਬਾਇਲ ਨਹੀਂ ਸੀ ਹੁੰਦੇ, ਅੱਜ ਜਿੰਨਾ ਅੱਜ ਕੱਲ੍ਹ ਗੰਦ ਇਹ ਨਹੀਂ ਸੀ ਹੁੰਦਾ ਹਨਾ, ਤੇ ਅੱਜ ਤੁਹਾਨੂੰ ਪਤਾ ਵਾ ਕਿ ਕਿੰਨਾ। ਨਹੀਂ ਭੈਣੇ, ਤੂੰ ਇੱਥੇ ਮਿਹਨਤ ਕਰ, ਹਾਂ ਇੱਥੇ ਫਿਰ ਸਿੰਗਾਪੁਰ ਫਸ ਜਾਏਗੀ, ਪਰ ਸਿੰਗਾਪੁਰ ਤੇ ਵਧੀਆ ਵਾ, ਸਿੰਗਾਪੁਰ ਨਹੀਂ ਐਵੇਂ ਦੀ ਕੋਈ ਕੰਪਲੇਂਟ ਹੁੰਦੀ। ਹਾਂ ਤੇ ਭੈਣ, ਆਪਣਾ ਕੰਮ ਸੀ ਸੇਵਾ ਕਰਨਾ ਹਨਾ, ਪਰ ਮੈਂ ਤੈਨੂੰ ਕਹਿੰਦਾ ਵਾ ਕਿ ਜੇਕਰ ਇੱਥੇ ਤੈਨੂੰ ਵਧੀਆ ਕੋਈ ਕੰਮ ਮਿਲ ਜੇ, ਠੀਕ ਹੈ ਜੀ, ਕਈ ਇੱਥੇ ਭਿੱਖੀ ਵੰਡ ਕੇ ਦੁਕਾਨ ਤੇ ਤੂੰ ਲੱਗ ਸਕਦੀ, ਕਿਤੇ ਵਧੀਆ ਮਿਲ ਜੇ ਹਨਾ,
ਤੇ ਨਾਲੇ ਵਿਆਹ ਕਰਾ ਹੁਣ ਆਪਦੇ ਘਰ ਸਾ ਸਿੰਗਾਪੁਰ ਮੇਰੇ ਕੋਲ ਐਵੇਂ ਦਾ ਕੋਈ ਕੇਸ ਆਇਆ ਕੇਸ ਆਉਂਦੇ ਆ ਜ਼ਿਆਦਾਤਰ ਓਮਾਨ ਦੇ ਇਰਾਕ ਦੇ ਕੁਵੈਤ ਦੇ ਇਹ ਦੋ ਤਿੰਨ ਓਮਾਨ ਦੇ ਦੋ ਜਾਣੇ ਆਉਂਦੇ ਆ ਹਾਂ ਦੁਬਈ ਵੀ ਸਹੀ ਆ ਦੁਬਈ ਵੀ ਕੋਈ ਗੱਲ ਨੀ ਭੈਣੇ ਫਿਰ ਕੀ ਆ ਇੰਨਾ ਕੁਛ ਸ਼ੁਕਰ ਗੁਜ਼ਾਰ ਰੱਬ ਦਾ ਕੇ ਚਲੋ ਰੱਬ ਨੇ ਚਲੋ ਤੈਨੂੰ ਕੋਈ ਕਸ਼ਟ ਸੀਗਾ ਤੇਰੇ ਕਰਮਾਂ ਦੇ ਵਿੱਚ ਤੇ 9 ਮਹੀਨੇ ਪੂਰੇ ਨੇ ਰੋਕ ਇੱਕ ਸਾਹ ਦੇ ਕੱਢੇ ਆ ਪੈਸੇ ਜਿਹੜੇ ਪੈਣ ਕੀਤਾ ਸੀ 20 25000 ਰੁਪਿਆ ਇਕੱਠਾ ਕੀਤਾ ਸੀ ਕਿੱਦਾਂ ਕੀਤਾ ਉਹ ਵੀਰ ਇੱਕ ਤੇ ਸਾਡੇ ਕੋਲ ਮੋਟਰਸਾਈਕਲ ਸੀ ਅੱਛਾ ਤੇ 5000 ਤੇ ਹੀ ਉਹ ਗਹਿਣੇ ਪਾਇਆ ਅੱਛਾ ਉਹ ਤਾਂ ਮੁੜ ਕੇ ਛਾਡੀ ਕੱਪੀਆਂ ਦੇ ਸੁਣਾਇਆ ਨਹੀਂ ਗਿਆ ਵੀ ਤੇ 10000 ਰੁਪਿਆ ਮੇਰੀ ਭੈਣ ਤੋਂ ਫੜਿਆ ਕੋ ਮੈਂ ਘਰਾ ਘਰੇ ਕੰਮ ਕਰਦੀ ਹਾਂ ਉਹਨਾਂ ਨੇ ਮੈਨੂੰ ਥੋੜੇ ਥੋੜੇ ਦਿੱਤੇ ਤੇ ਇਕੱਠੇ ਕਰਕੇ ਤੇ ਮੇਰੇ ਸੋਹਣਾ 35000 ਲੱਗ ਗਿਆ ਇੱਕ ਜਿਹੜੀ ਕੁੜੀ ਗਈ 5000 ਰੁਪਿਆ ਤੋਂ ਲੈ ਕੇ ਚਲ ਗਈ ਅੱਛਾ ਉਹ ਇਹਨੂੰ ਲੀੜਾ ਕੱਪੜਾ ਖਰੀਦ ਕੇ ਦਿੱਤਾ ਕੁੜੀਆਂ ਉੱਥੇ ਕੰਮ ਨੀ ਹੁੰਦਾ ਹੁਣ ਭੈਣ ਨੇ ਵਿਚਾਰੀ ਨੇ ਪਾਈ ਪਾਈ ਜੋੜ ਕੇ ਪੈਸਾ ਪੈਸਾ 600-600 ਰੁਪਇਆ ਘਰਾਂ ਚ ਮਹੀਨੇ ਦੇ ਹਿਸਾਬ ਨਾਲ ਕੰਮ ਕਰਕੇ ਫਿਰ ਪੈਸੇ ਜੋੜੇ ਮੋਟਰਸਾਈਕਲ ਵੇਚਿਆ ਉਹ ਗਹਿਣੇ ਪਾਇਆ 10000 ਰੁਪਇਆ ਕਿਸੇ ਤੋਂ ਭੈਣ ਕਹਿੰਦੀ ਆ ਕਿ ਜਿਵੇਂ ਮੈਂ ਧਾਰਾ ਫੜਿਆ ਏਦਾਂ ਭੈਣ ਨੇ ਆਪਣੀ ਬੱਚੀ ਨੂੰ ਬਾਹਰ ਭੇਜਿਆ ਸੀਗਾ ਕਮਾਈ ਕਰਨ ਵਾਸਤੇ ਭੇਜਿਆ ਸੀ ਜਿਹੜੇ ਲੋਕ ਤਗੜੇ ਆ ਅਮੀਰ ਵਾ ਉਹ ਡੌਂਕੀਆਂ ਲਵਾ ਲਵਾ ਕੇ 50-50 ਲੱਖ ਰੁਪਏ ਦੀ ਡੌਂਕੀ ਲਵਾ ਕੇ ਅਮਰੀਕਾ ਕੈਨੇਡਾ ਵਾ ਆਪਣੇ ਬੱਚਿਆਂ ਨੂੰ ਭੇਜਦੇ ਆ ਪਰ ਜਿਹੜੇ ਵਿਚਾਰੇ ਗਰੀਬ ਲੋਕ ਹੁੰਦੇ ਆ ਉਹਨਾਂ ਤੋਂ ਐਡੇ ਵੱਡੇ ਦੇਸ਼ਾਂ 'ਚ ਨਹੀਂ ਪਹੁੰਚਣਾ ਹੁੰਦਾ ਉਹਨਾਂ ਵਾਸਤੇ ਦੁਬਈ ਜਿਹੜਾ ਕੁਵੈਤ ਜਾਂ ਓਮਾਨ ਵਾ ਜਿਹੜੀਆਂ ਛੋਟੀਆਂ ਕੰਟਰੀਆਂ ਉਹਨਾਂ ਵਾਸਤੇ ਉਹੀ ਅਮਰੀਕਾ ਕੈਨੇਡਾ ਹੁੰਦਾ ਵਾ ਠੀਕ ਹੈ ਜੀ ਕਿਹਦਾ ਦਿਲ ਕਰਦਾ ਕਿ ਪਹਿਲਾਂ ਘਰ ਨੂੰ ਗਹਿਣੇ ਪਾ ਕੇ ਆਪਣੇ ਬੱਚੇ ਨੂੰ ਬਾਹਰ ਭੇਜੇ ਫਿਰ ਉੱਥੇ ਜਾ ਕੇ ਤਰਲੇ ਕੱਢਣ ਸਾਡੇ ਵਰਗੀਆਂ ਸੋਸਾਇਟੀਆਂ ਦੇ ਤਰਲੇ ਕੱਢਣ ਜਾਂ ਜੰਟਾਂ ਵਰਗੀਆਂ ਦੇ ਹਾੜੇ ਕੱਢਣ ਕਿ ਹੁਣ ਸਾਡੀ ਧੀ ਨੂੰ ਇੰਡੀਆ ਮੰਗਾ ਦਿਓ ਹਨਾ ਤੇ ਜਿਹੜਾ ਪਹਿਲਾਂ ਕਈਆਂ ਨੇ ਪਹਿਣੇ ਕਈਆਂ ਨੇ ਪਹਿਲਾਂ ਉਹ ਚੀਜ਼ਾਂ ਨੂੰ ਗਹਿਣੇ ਪਾਇਆ ਹੁੰਦਾ ਵਾ ਕਿਸੇ ਨੇ ਮੋਟਰਸਾਈਕਲ ਗਹਿਣੇ ਪਾਇਆ ਹੁੰਦਾ ਕਿਸੇ ਨੇ ਘਰ ਗਹਿਣੇ ਪਾਇਆ ਹੁੰਦਾ ਫਿਰ ਉਹ ਚੀਜ਼ ਵੇਚ ਕੇ ਤੇ ਆਪਣੇ ਬੱਚਿਆਂ ਨੂੰ ਸੁਧਣਾ ਪੈਂਦਾ ਤੇ ਕਿਹਦਾ ਦਿਲ ਕਰਦਾ ਕਿ ਆਪਣੇ ਬੱਚਿਆਂ ਦੀ ਜ਼ਿੰਦਗੀ ਉੱਥੇ ਖਰਾਬ ਕਰੇ ਠੀਕ ਹੈ ਜੀ ਉਹ ਕਿੱਦਾਂ ਮਿਲੀ ਤੁਹਾਨੂੰ ਏਜੰਟ ਉਹ ਜੰਟ ਇਤਰਾ ਹੀ ਫੋਨ ਇਹਨਾਂ ਦੇ ਲਾਗੇ ਰਿਸ਼ਤੇਦਾਰੀ ਤੋਂ ਕੁੜੀ ਦੇ ਨਾਲ ਸਹੇਲੀ ਬਣੀ ਸੀ ਅੱਛਾ ਫੋਨ ਤੇ ਉਹਨੂੰ ਮਿਲ ਗਈ ਫੋਨ ਤੇ ਹੀ ਪੈਸੇ ਸੈਂਡ ਕਰਵਾਤੇ ਤੇ ਫੋਨ ਤੇ ਉਹਨੇ ਕਹਿਤਾ ਉਹ ਜੰਟਾਂ ਨਹੀਂ ਮੈਂ ਤੇ ਆਪ ਦੀਆਂ ਚੀਨਾ ਚੂਨਾ ਤਿਆਰ ਕੇ ਤੁਸੀਂ ਉਹਦੀ ਬੁੱਥੀ ਵੇਖੀ ਚੀਨਾ ਵਾਲੀ ਆ ਉਹੜੀ ਉਹ ਸਰਦਾਰਪੁਰ ਵਾਲੀ ਆਹੋ ਮੈਂ ਆਪ ਦੀਆਂ ਚੀਨਾ ਚੂਨਾ ਤਿਆਰ ਕਰ ਲਵਾਂ ਮੇਰੀ ਤਾਂ ਫੁੱਲ ਤਿਆਰੀ ਆ ਤੇ ਉਹਨੇ ਬੜੀ ਮਿੱਠੀ ਪਿਆਰੀ ਉਹ ਗੱਲ ਕੀਤੀ ਮੈਂ ਕਿਹਾ ਠੀਕ ਉਧਰ 7 ਸਾਲਾਂ ਦੀ ਮਿਲਾਏ ਆ ਤੇ ਇਹ ਉਹਦੀਆਂ ਗੱਲਾਂ 'ਚ ਆ ਗਈ ਤਾਂ ਆਖਿਆ ਚੱਲ ਚੱਲ ਜਾ ਤੂੰ ਵੇਖੀ ਜਾਊਗੀ ਚੱਲ ਇਹ ਵੀ ਆਂਦੀ 30000 ਰੁਪਏ ਆਂਦੀ ਦਵਾਉਂਗੀ ਸਪਲਾਈ ਕਰਨੇ ਸੇਬ ਸੂਬ ਅੱਛਾ ਉਧਰ ਜਾ ਕੇ ਪਤਾ ਨਹੀਂ ਗਾਂ ਦੀ ਗਾਂ ਕਿੱਧਰ ਦੀ ਕਿੱਧਰ ਤੱਕਤਾ ਉਹਨਾਂ ਨੇ ਤੇ ਅੱਛਾ ਕਹਿੰਦੇ ਸੇਬ ਸਪਲਾਈ ਕਰਨੇ ਆ ਆਹ ਸੇਬ ਸੂਬ ਪੈਟਕਾਂ 'ਚ ਪੈਕਿੰਗ ਕਰਨੇ ਆ ਤੇ ਹੋਰ ਕਣ ਕੀ ਆਂਦੀ ਕਰਨੇ ਇਦਾਂ ਦੇ ਕੰਮ ਕੁੰਮ ਦੱਸਦੀ ਕੰਬਲ ਤੈਅ ਕਰਨੇ ਉਹ ਕਰਨੇ ਆ ਤੇ ਇਸ ਤੇ ਚੱਲ ਕੰਪਨੀ 'ਚ ਹੀ ਆ ਕੰਮ ਤੇ ਕੋਈ ਤੁਸੀਂ ਕਿਦੋਂ ਪੁੱਛ ਗਿਛ ਨਹੀਂ ਕੀਤੀ ਨਾ ਵੀਰ ਅਸੀਂ ਨਹੀਂ ਅਸੀਂ ਤਾਂ ਉਹਦਾ ਆਖਿਆ ਚੱਲ ਗੱਲ ਤੋਂ ਹੈ ਨਾ ਲਾਲਚ ਆਪਾਂ ਵੀ ਲਾਲਚ ਬਸ ਇੰਨੇ ਆ ਗਲਤੀ ਆਪਣੀ ਵੀ ਹੈਗੀ ਹੈ ਹਨਾ ਕਪੂਰਥਲੇ ਵਾਲੀ ਭੈਣ ਆ ਵਿਚਾਰੀ ਫੋਨ ਤੇ ਫੋਨ ਲਾਈ ਜਾਂਦੀ ਆ ਮੈਸੇਜ ਕਰੀ ਜਾਂਦੀ ਆ ਵਿਚਾਰੀ ਮੈਨੂੰ
ਤੇ ਇਹਨਾਂ ਨੇ ਪਰਿਵਾਰ ਵਾਲਿਆਂ ਨੂੰ ਮੈਂ ਕਿਹਾ ਸੀ ਕਿ ਵੀਰ ਜੀ ਆਣ ਕੇ ਕਿਹੜੀ ਮਿਲੋ, ਆ ਫਿਰ ਹੁਣ ਆ ਗਿਆ, ਵੇਖਿਓ ਦੇਖਿਓ ਹੁਣ ਉਹਦੀ ਆਵਾਜ਼। ਹੈਲੋ ਹੈਲੋ ਭੈਣੇ, ਮੈਂ ਸਵੇਰ ਦਾ ਬਿਜ਼ੀ ਸੀਗਾ, ਮੈਂ ਕਿਤੇ ਗਿਆ ਸੀਗਾ ਤੇ ਮੈਂ ਹੁਣ ਜਾ ਕੇ ਘਰ ਜਾ ਕੇ ਫਿਰ ਮੈਂ ਗੱਲ ਕਰਦਾ ਉਹਦੇ ਨਾਲ। ਤੇ ਕੀ ਪ੍ਰੋਬਲਮ ਕੀ ਆ ਤੁਹਾਨੂੰ, ਇੱਥੇ ਤੰਗੀ ਕੀ ਆ ਇੱਥੇ? ਅੱਛਾ ਖਾਣਾ ਨੀ ਦਿੰਦੇ, ਅੱਛਾ ਟੌਰਚਰ ਵੀ ਕਰਦੇ ਆ, ਕੁੱਟਦੇ ਵੀ ਆ, ਚੋਰੀ ਗੱਲ ਕਰਦੀ ਵਿਚਾਰੀ। ਕੋਲੀ ਭੈਣ ਅੱਜ ਦਾ ਦਿਨ ਮੈਨੂੰ ਦੇ ਦੇ, ਮੈਂ ਗੱਲ ਕਰਦਾ, ਮੈਂ ਉਹਦੇ ਨਾਲ ਏਜੰਟ ਦੀ ਕੁੜੀ ਨਾਲ ਗੱਲ ਕਰਦਾ ਵਾ ਕਿ ਮੰਗਾ ਕੇ ਦੋ ਹਨਾ। ਹਾਂ ਕੋਈ ਗੱਲ ਨੀ, ਡਰਨਾ ਵੀ ਭੈਣ ਕਿ ਇੰਡੀਆ ਆਈ ਆ ਥੋੜੇ, ਮਤਲਬ ਕਿ ਇਹ ਵੀ ਵਿਚਾਰੀ ਤੇਰੇ ਵਾਂਗੂ ਫਸੀ ਸੀ ਤੇ ਇਹ ਵੀ ਇੰਡੀਆ ਆਈ ਆ, ਇਹਨਾਂ ਗੱਲ ਕਰ ਲੈ, ਗੱਲ ਕਰੀ ਭੈਣ ਕਿ ਉਹਨੂੰ ਹੌਸਲਾ ਦੇ ਦੇਣ ਕਿ ਭੈਣ ਕੋਈ ਗੱਲ ਨੀ। ਹੈਲੋ ਹੈਲੋ ਦੀਦੀ, ਕੋਈ ਗੱਲ ਨੀ, ਟੈਨਸ਼ਨ ਨਾ ਲਓ, ਆ ਜਾਓਗੇ, ਵੀਰ ਹੁਣਾਂ ਨੇ ਬਹੁਤ ਮੇਰੀ ਬਹੁਤ ਹੈਲਪ ਕੀਤੀ, ਕੋਈ ਗੱਲ ਨੀ, ਤੁਸੀਂ ਵੀ ਆਓਗੇ ਜਲਦੀ, ਬਹੁਤ ਕੁੜੀਆਂ, ਤੁਸੀਂ ਇਕੱਲੇ ਨੀ ਹੈਗੇ, ਮੈਂ ਹੋ ਕੇ ਗਈ, ਮੈਨੂੰ ਪਤਾ ਬਹੁਤ ਕੁੜੀਆਂ ਇੱਥੇ ਗੁਰਦੁਆਰੇ, ਬਹੁਤ ਵੀਰ ਹੁਣਾਂ ਕੁੜੀਆਂ ਪਹੁੰਚਾਈਆਂ। ਹਾਂਜੀ ਕੋਈ ਨੀ, ਟੈਨਸ਼ਨ ਨਾ ਲਓ, ਆਓਗੇ ਤੁਸੀਂ ਵੀ ਜਲਦੀ ਆਓਗੇ। ਵਾਹਿਗੁਰੂ, ਕੋਈ ਨੀ ਭੈਣੇ, ਹੌਸਲਾ ਰੱਖ, ਕੋਈ ਗੱਲ ਨੀ ਵਿਚਾਰੀ, ਵੇਖੋ ਸੰਗਤ ਜੀ, ਵੇਖੋ ਮਾਤਾ ਵਾ ਇਹ, ਇਹਦੀ ਮੇਰੀ ਉਮਰ ਦਾ ਇਹਦਾ ਮੁੰਡਾ ਵਾ ਹਨਾ, ਤੇ ਵਿਚਾਰੀ ਰੋਣ ਡਈ ਆ, ਡਰ ਡਰ ਕੇ ਗੱਲ ਕਰਨ ਡਈ ਆ, ਕਿਹਦਾ ਦਿਲ ਕਰਦਾ ਕਿ ਇਦਾਂ ਆਪਣੇ ਆਂਦਰਾਂ ਦਿਖਾਵੇ। ਹਾਂ ਇਹ ਵੀ ਕਿੱਦਾਂ ਰੋਂਦੀ ਸੀ, ਅਸੀਂ ਰੋਟੀ ਵੀ ਨਹੀਂ ਖਾਂਦੇ ਹੁੰਦੇ ਬਾਬਾ ਠੀਕ ਹੈ, ਦੱਸੋ ਕਿਵੇਂ। ਭਲੀ ਭੈਣ ਵਾਹਿਗੁਰੂ ਮਿਹਰ ਕਰੇ ਨਾ, ਅਰਦਾਸ ਹੈ ਜਲਦੀ ਤੋਂ ਇੱਥੋਂ, ਵਾਹਿਗੁਰੂ ਭਾਜੀ ਵੀ ਤੂੰ ਜਲਦੀ ਕੱਢੋ ਇੱਥੋਂ, ਵਾਹਿਗੁਰੂ। ਉਹਨਾਂ ਗੱਲ ਕੀਤੀ ਸੀ, ਕਰਨ ਨਾਲ ਗੱਲ ਕੀਤੀ ਸੀ ਤੁਸੀਂ? ਜੀ ਹੋਈ ਸੀ ਗੱਲ ਮੇਰੀ ਸੀ ਤੇਰੇ। ਕੀ ਕਹਿੰਦਾ ਕਰਨ? ਕੋਈ ਗੱਲ ਨੀ ਭੈਣ, ਮੈਂ ਉਹਨਾਂ ਗੱਲ ਕਰਦਾ, ਕਰਨ ਨਾਲ ਗੱਲ ਕਰਦਾ ਵਾ ਤੇ ਇੱਕ ਦੋ ਦਿਨ ਤੱਕ ਉਹ ਤੈਨੂੰ ਕਢਵਾ ਲੈਂਦਾ, ਇੱਕ ਅੱਧਾ ਦਿਨ ਵੇਟ ਕਰ ਲਾ ਬਸ। ਹਾਂ ਕਢਵਾ ਲੈਂਦਾ ਤੈਨੂੰ, ਵੇਲਾ ਉਦਾਂ ਹੀ ਵਿਚਾਰੀ ਰੋਂਦੀ ਜਿੱਦਾਂ ਤੂੰ ਰੋਂਦੀ ਨੀ ਆ। ਨਹੀਂ ਫੋਨ ਫਾਨ ਵੀ ਨੀ ਉਹ ਦਿੰਦੇ? ਨਹੀਂ ਵੀਰੇ ਫੋਨ ਤਾਂ ਕੋਲ ਹੀ ਹੁੰਦਾ। ਅੱਛਾ ਨਹੀਂ ਇਹ ਚੋਰੀ ਗੱਲ ਕਰਨ ਦੀ ਹੈ ਨਾ, ਜਿਹੋ ਸਾਰੇ ਨੂੰ ਕੀਤਾ ਕਿਹੋ ਜੀ ਫੈਮਿਲੀ ਨਹੀਂ, ਨਹੀਂ ਸੁਲਤਾਨਪੁਰ ਵਾਲੀ ਉਹਨੂੰ ਫੋਨ ਨਹੀਂ ਲਾਇਆ? ਮੈਂ ਉਹਨੂੰ ਫੋਨ ਲਾਉਂਦੀ ਰਹੀ ਵੀਰ ਜੀ, ਮੈਂ ਜਦੋਂ ਪਹਿਲੇ ਦਿਨ ਗਈ ਉਹਨੇ ਮੈਂ ਬੜੀ ਵਾਰ ਕਿਹਾ, ਮੈਂ ਜਿੱਦਣ ਪਹਿਲੇ ਦਿਨ ਦੀ ਗੱਲ ਦੱਸਦੀ, ਪਹਿਲੇ ਦਿਨ ਗਈ ਮੈਨੂੰ ਪਹਿਲੇ ਦਿਨ ਵੀ ਉਹਨਾਂ ਨੇ ਮਤਲਬ ਜਾਂਦਿਆ ਕੰਮ ਤੇ ਲਾਇਆ ਮੇਰਾ, ਜਾਂਦਿਆ ਪਹਿਲੇ ਦਿਨ ਮੈਨੂੰ ਮਤਲਬ ਈਦ ਦੇ ਦਿਨ ਚੱਲਣ ਦੇ ਹੀ ਉਹਨਾਂ ਸਾਰੇ ਮੈਨੂੰ ਉਹਨਾਂ ਜੂਠੀ ਆਪਦੀ ਰੋਟੀ ਵਧੀ ਦਿੱਤੀ, ਮੈਂ ਉਹਨੂੰ ਜਾ ਕੇ ਏਜੰਟ ਨੂੰ ਕਿਹਾ, ਪਰ ਸੁੱਤੀ ਵੀ ਮੈਂ 2:30 ਵਜੇ ਰਾਤ, ਸੌਣ ਵੀ ਨੀ ਦਿੱਤਾ, ਸਵੇਰੇ ਵੀ ਸਾਰਾ ਦਿਨ ਕੰਮ ਕਰਦੀ ਰਹੀ,
ਮੈਂ ਜੰਟ ਨੂੰ ਰੋ ਰੋ ਕੇ ਆਖਿਆ ਕਿ ਮੈਨੂੰ ਨਾ ਮਤਲਬ ਮੈਨੂੰ ਕਿਹਾ 4G ਆ, 4G ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤੇ 10-12G ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਜਾ ਕੇ ਜੰਟ ਨੂੰ ਆਖਿਆ ਮਾਂ ਮੈਂ ਇਹ ਘਰ ਨਹੀਂ ਰਹਿਣਾ, ਮੇਰਾ ਘਰ ਚੇਂਜ ਕਰਾ ਦੇ, ਕਿ ਉਹਨੇ ਮੈਨੂੰ ਆਖਿਆ ਕਿ ਤੇਰਾ ਇੱਕ ਵਾਰੀ ਘਰ ਚੇਂਜ ਹੋਊਗਾ ਤੇ ਮੈਂ ਕਿਹਾ ਕਿ ਮੈਡਮ ਜੀ ਮੇਰਾ ਘਰ ਚੇਂਜ ਕਰਾ ਦੋ। ਆਂਦੀ ਕੀ ਤਾਂ ਪੂਜਾ ਈਦ ਕਰਕੇ ਹੋਵੇ ਤੂੰ ਈਦ ਤੱਕ ਵੇਖ ਲਾ, ਕੋਈ ਨੀ ਤੇਰਾ ਘਰ ਚੇਂਜ ਕਰਾ ਦਾਂਗਾ। ਮੈਂ ਚੱਲ ਠੀਕ ਹੈ ਮੈਡਮ ਜੀ ਕੋਈ ਗੱਲ ਨੀ ਮੈਂ ਵੇਖ ਲੈਨੀ। ਈਦ ਲੰਘ ਗਈ ਤੇ ਫਿਰ ਮੈਂ ਕਿਹਾ ਮੈਡਮ ਜੀ ਹੁਣ ਕਰਾ ਦੋ ਘਰ ਚੇਂਜ, ਤੇ ਈਦ ਤੋਂ ਬਾਅਦ ਵੀ ਉਹਨਾਂ ਦੇ ਹਵਾਲ ਹੀ ਕਹਿੰਦੀ ਨਹੀਂ ਪੂਜਾ ਖਲੋ ਜਾ ਦੂਜੀ ਈਦ ਆ ਗਈ, ਕਹਿੰਦੀ ਦੂਜੀ ਈਦ ਤੱਕ ਵੇਖ ਲਾ ਕੀਤਾ ਸ਼ਾਇਦ ਤੇਰਾ ਘਰ ਸਹੀ ਹੋ ਹੀ ਜਾਣ, ਹਾਲੇ ਉਹਨਾਂ ਦਾ ਪ੍ਰੋਗਰਾਮ ਚੱਲਣ ਦੇ ਆ। ਤੇ ਮੈਂ ਚਲੋ ਠੀਕ ਹੈ ਦੂਜੀ ਈਦ ਤੱਕ ਹੀ ਵੇਖ ਲਿਆ। ਏਦਾਂ ਕਹਿੰਦੇ ਮੈਨੂੰ 2-3 ਮਹੀਨੇ ਹੋ ਗਏ ਤੇ ਫਿਰ ਜਦੋਂ ਮੇਰੇ ਨਾਲ ਜ਼ਿਆਦਾ ਵੀਰ ਜੀ ਬੁਰਾ ਹਾਲਾਤ ਕਰਨ ਲੱਗ ਪਏ, ਉਹਨਾਂ ਦਾ ਜਿਹੜਾ ਬਜ਼ੁਰਗ ਸੀ ਘਰ ਚ ਉਹ ਬਹੁਤ ਸਾਹਮਣੇ ਵਹਿ ਵਹਿ ਗਲਤ ਹਰਕਤਾਂ ਕਰਦਾ ਹੁੰਦਾ ਸੀ, ਤੇ ਮੈਂ ਜਦੋਂ ਵੇਖਣਾ ਬਹੁਤ ਜਦੋਂ ਮੈਂ ਸਾਹਮਣੇ ਹੋਣਾ ਉਦੋਂ ਗਲਤ ਹਰਕਤਾਂ ਤੇ ਮੈਨੂੰ ਕਹਿ ਦੇਣਾ ਦਿਮਾਗ ਚ ਨੁਕਸ ਆ, ਤੇ ਮੇਰੇ ਸਾਹਮਣੇ ਦਿਮਾਗ ਚ ਨੁਕਸ ਪੈਂਦਾ, ਉਹਨਾਂ ਘਰੇ 3 ਕੁੜੀਆਂ ਸੀ ਤੇ ਉਹਨਾਂ ਸਾਹਮਣੇ ਨਹੀਂ ਪੈਂਦਾ ਉਹਦੇ ਦਿਮਾਗ ਚ, ਉਹਨਾਂ ਸਾਹਮਣੇ ਨਹੀਂ ਪੈਂਦਾ ਉਹਦੇ ਗੱਲ ਆ ਪਈ ਬਗਾਨੀ ਮੈਨੂੰ ਥੋੜੀ ਥੋੜੀ ਆਉਣ ਲੱਗੀ ਸਮਝ, ਪਹਿਲਾਂ ਨਹੀਂ ਆਉਂਦੀ। ਤੇ ਕਿੰਨੇ ਵਜੇ ਪੁੱਤ ਤੋੜਦੀ, ਕਿੰਨੇ ਵਜੇ ਤੜਕੇ ਉੜਦੀ? ਮੈਂ ਤੜਕੇ ਉੜ ਜਾਂਦੀ ਹਾਂ 3 ਵਜੇ, ਤੇਰਾ ਭਲਾ 3 ਵਜੇ ਤੇ 2-2:30 ਵਜੇ ਮੈਂ ਸੌਂਦੀ ਹੁੰਦੀ ਹਾਂ ਤੇ ਤੜਕੇ ਮੈਨੂੰ ਉਠਾ ਦਿੰਦੇ ਹੁੰਦੇ ਸੀ। ਨਹੀਂ 2-2 ਵਜੇ ਦੁਪਹਿਰੇ ਸੋਣਾ? ਨਾ ਨਾ ਦੁਪਹਿਰੇ ਤੇ ਪੂਰਾ ਦਿਨ ਵੀਰ ਜੀ ਸੌਣਾ ਹੀ ਨਹੀਂ ਆ। ਨਹੀਂ ਤੜਕੇ ਤੈਨੂੰ 3 ਵਜੇ ਉਠਾ ਲੈਣਾ? ਹਾਂਜੀ ਰਾਤ ਵੀ ਮੈਂ 2-2:30 ਵਜੇ ਸੌਣਾ ਤੇ ਸਵੇਰੇ ਮੈਨੂੰ 3 ਵਜੇ ਉੱਠ ਕੇ ਉਹਨਾਂ ਦੇ ਬੁੱਢੇ ਨੇ ਉਠਾ ਦੇਣਾ। ਉਹ ਘੰਟਾ ਕੀ ਸੌਣਾ? ਉਹਨੇ ਕਹਿਣਾ ਉੱਠ ਜਾ, ਉਹਨੇ ਮਤਲਬ ਮੇਰੇ ਰੂਮ ਚ ਥੋੜੀ ਕੁਝ ਹੈਗਾ, ਮੈਨੂੰ ਤਾਂ ਸਟੋਰ ਦਿੱਤਾ ਸੀ ਉਹਦੇ ਵਿੱਚ ਵਾਧੂ ਘਾਟੂ ਚੀਜ਼ਾਂ, ਨਾ ਉਹਦੇ ਵਿੱਚ ਪੱਖਾ ਹੀ ਨਾ ਕੋਈ ਐਸੀ ਕੁਛ ਨਹੀਂ ਹੈਗਾ ਤੇ ਭੁੰਜੇ ਗਲੀਚਾ ਵਿਛਾ ਦੇਣਾ। ਤੇ ਫਿਰ ਮੈਂ ਕੀ ਕਰਨਾ, ਉਹਨਾਂ ਦਾ ਦੂਜਾ ਰੂਮ ਹੀ ਗੈਸਟ ਰੂਮ, ਉਹ ਚ ਮੈਂ ਗੱਦਾ ਸੁੱਟ ਕੇ ਤੇ ਸੌ ਜਾਂਦੀ ਹੁੰਦੀ ਹਾਂ ਤੇ ਉਹ ਚ ਵੀ ਉਹਨੇ ਤੜਕੇ ਆਉਣਾ 3 ਵਜੇ, ਉਹਨੇ ਐਸੀ ਉਸੀ ਪੱਖੇ ਪੁੱਖੇ ਬੰਦ ਕਰਕੇ ਇਹ ਉੜ ਜਾ ਉੱਚੀ ਉੱਚੀ ਚੀਕਾਂ ਮਾਰ ਲੱਗ ਪੈਣਗਾ। ਨਹੀਂ ਪੁੱਤ ਮੈਨੂੰ ਹੈਰਾਨੀ ਜੀ ਹੁੰਦੀ ਹੈ ਕਿ ਘੰਟਾ ਇੱਕ ਬੰਦਾ ਕਿਦਾਂ ਸੌਂ ਜਾਂਦਾ, ਚਾਹੇ ਕਦਾ ਦਿਨ ਤੇ ਚੱਲ ਜਾਂਦਾ। ਹਾਂਜੀ ਤੇ ਇਹਨਾਂ 2-3 ਮਹੀਨੇ ਘੰਟਾ ਇੱਕ ਕਿਦਾਂ ਸੌਂ ਕੇ ਬੰਦਾ? ਨਹੀਂ ਵੀਰੇ ਮੇਰਾ ਬਹੁਤ ਬੁਰਾ ਹਾਲ, ਮੈਂ ਸੌਣ ਨਹੀਂ ਦਿੰਦੇ ਹੁੰਦਾ ਤੇ ਮੜੇ ਉੱਠਣਾ ਦੀ ਬੁੱਢੀ ਨੇ ਰੌਲਾ ਪਾਉਣ ਲੱਗ ਪੈਣਾ। ਉਹਨੇ ਆਪਣੀ ਭਾਸ਼ਾ ਚ ਮੈਨੂੰ ਕਹਿਣਾ ਵੀ ਇਹ ਸੌਣ ਨਹੀਂ ਕੰਮ ਕਰ ਲਈ ਲਿਆਂਦਾ, ਤੇ ਇੱਥੋਂ ਤਾਂ ਮੈਨੂੰ ਸੈਲਰੀ ਵੀ ਉਹਨਾਂ ਨੇ ਬੜੀ ਦੱਸੀ ਸੀ ਤੇ ਉੱਥੇ ਜਾ ਕੇ ਮੇਰੀ ਸੈਲਰੀ ਵੀ ਘਟਾਤੀ ਉਹਨਾਂ ਨੇ। ਕਿੰਨੇ ਮਹੀਨੇ ਸੈਲਰੀ ਮਿਲੀ ਤੈਨੂੰ? ਸੈਲਰੀ ਮੈਨੂੰ ਮਿਲੀ ਆ 3 ਮਹੀਨੇ, 3 ਮਹੀਨੇ ਮਿਲੀ। ਰਹੀ ਕਿੰਨੇ ਮਹੀਨੇ ਤੂੰ? ਮੈਂ ਉੱਥੇ ਲਾਏ ਆ ਉਹਨਾਂ ਦੇ ਘਰ ਚ ਲਾਏ ਆ ਮੈਂ 6-7 ਮਹੀਨੇ ਲਾਏ ਉਹਨਾਂ ਦੇ ਘਰ ਚ, 6 ਮਹੀਨੇ ਮਤਲਬ ਇੱਥੇ ਮੈਂ 9 ਮਹੀਨੇ ਆਈ ਆ ਘਰੇ। ਉਹ ਗੱਲ ਇਹੋ ਹੀ ਨਾ ਕਿ ਉਹ ਫਿਰ ਹੁਣ ਵਾਈਟ ਪਾਸਵਰਡ ਬਣਨਾ, ਅੰਬੈਸੀ ਜੀ ਦੀ ਕੰਪਲੇਂਟ ਕੀਤੀ ਕਿ ਪਾਸਵਰਡ ਇਹਦੇ ਕੋਲ ਹੈਗਾ ਨਹੀਂ ਸੀਗਾ। ਜਦੋਂ ਇਹਨਾਂ ਮੇਰੀ ਨਹੀਂ ਸੁਣੀ ਫਿਰ ਮੈਂ ਕਹਿੰਦੇ ਹੁੰਦੇ ਕਿ ਜਦ ਸਿੱਧੀ ਉਂਗਲੀ ਨਾਲ ਵੀਰ ਜੀ ਕਿਉਂ ਨਾ ਨਿਕਲੇ ਟੇਢੀ, ਫਿਰ ਮੈਂ ਵੀਰੂ ਨਾਲ ਫੋਨ ਲਾਇਆ ਤੇ ਫਿਰ ਤੁਹਾਨੂੰ ਵੀ ਫੋਨ ਲਾਇਆ, ਫਿਰ ਇਹਨੇ ਘਰੇ ਘੁਰੇ ਦੱਸਿਆ ਵੀਰ ਹੁਣੀ ਕਿੰਨੂੰ ਤੁਹਾਨੂੰ, ਫਿਰ ਇਹਨਾਂ ਨੂੰ ਫੋਨ ਲਾਇਆ ਘਰੇ ਵੀਰੂ ਨਾਲ, ਇਹਨਾਂ ਨੇ ਤੁਹਾਡੇ ਬਾਰੇ ਦੱਸਿਆ, ਕਹਿੰਦੇ ਕੋਈ ਨੀ ਆਪਾਂ ਵੀਰੂ ਨਾਲ ਗੱਲ ਕਰ ਲੈਨੇ ਆ ਤੇ ਵੀਰ ਜੀ ਫਿਰ ਤੁਸੀਂ ਇਤਰਾ ਗੱਲ ਚੁੱਕਤੀ ਫਿਰ ਆਪਾਂ, ਮੈਂ ਕਿਹਾ ਫਿਰ ਹੁਣ ਜਾਣਾ ਹੀ ਪੈਣਾ। ਨਿਕਲਦੇ ਤੂੰ ਫਿਰ ਸਾਨਾ ਜਿੱਦਣ ਅਸੀਂ ਸੁਲਤਾਨਪੁਰ ਗਏ ਨਿਕਲਦੇ ਖਣੀ ਪਹਿਲਾਂ ਕਢਾਇਆ ਇਹਨੂੰ ਕਿ ਜਾਂ ਪਹਿਲਾਂ ਨਿਕਲਾ ਸੀ ਮੇਰੇ ਸਾਨੂੰ ਜੋ ਸੁਲਤਾਨਪੁਰ ਨਹੀਂ ਇਹ ਹਾਂ, ਉਸ ਤੋਂ ਜੋ ਤੁਸੀਂ 2-3 ਦਿਨ ਬਾਅਦ ਚ ਆਪਾਂ ਫੋਨ ਕਰਕੇ ਤੁਸੀਂ ਕਿਹਾ ਵੀ ਅੱਜ ਵੀਰ ਕਰਨੇ ਲੈ ਜਾਣਾ, ਪਹਿਲਾਂ ਤੇ ਚੱਲਦਾ ਰਿਹਾ ਇਸ ਤਰ੍ਹਾਂ ਹੀ 2 ਦਿਨ ਹਨਾ ਰਹੀ ਇੱਥੇ। ਹਾਂ ਹਾਂਜੀ, ਹੁਣ ਕਈਆਂ ਕੇਸਾਂ ਚ ਆਪਾਂ ਇਦਾਂ ਕਰਦੇ ਆ ਕਿ ਕਈ ਵਾਰੀ ਕਈਆਂ ਕੇਸਾਂ ਚ ਆਪਾਂ ਪਹਿਲਾਂ ਭੈਣ ਕਢਾ ਲੈਨੇ ਆ। ਹਾਂਜੀ ਹਾਂਜੀ।
ਨਹੀਂ ਪਤਾ ਨਹੀਂ ਏਦਾਂ ਨੀ ਹੁੰਦਾ ਕਈ ਕੇਸਾਂ ਚ ਆਪਾਂ ਕੀ ਕਰਦੇ ਆ ਕਿ ਜਿੱਥੇ ਸਾਨੂੰ ਲੱਗੇ ਨਾ ਕਿ ਕੁੜੀ ਨੂੰ ਤੰਗ ਨਾ ਕਰਨ ਆਹੋ ਵੀ ਤੰਗ ਨਾ ਕਰਨ ਮੰਨ ਲਓ ਹੁਣ ਆਪਾਂ ਇਧਰੋਂ ਏਜੰਟ ਨੂੰ ਨਾ ਸਖਤੀ ਵਰਤੀ ਦੀ ਆ ਤੇ ਕੀ ਹੁੰਦਾ ਵਾ ਕਿ ਉਹ ਏਜੰਟ ਨੂੰ ਏਜੰਟ ਕੀ ਕਰਦੇ ਗਾਂਹ ਫੋਨ ਲਾ ਦਿੰਦੇ ਆ ਉੱਥੇ ਮਾਨ ਦੇ ਵਿੱਚ ਉਹ ਫਿਰ ਗਾਂਹ ਫਿਰ ਕੁੜੀਆਂ ਨੂੰ ਤੰਗ ਕਰਦੇ ਉੱਥੇ ਕਈਆਂ ਕੇਸਾਂ ਚ ਆਪਾਂ ਫਿਰ ਪਹਿਲਾਂ ਕੁੜੀ ਕਢਾ ਲਈਦੀ ਆ ਤੇ ਕੁੜੀ ਨੂੰ ਸੇਫ ਜਗ੍ਹਾ ਤੇ ਪਹੁੰਚਾ ਦਈਦਾ ਸੁਲਤਾਨਪੁਰ ਵਾਲੀ ਨਾਲ ਤੂੰ ਕਿਹਾ ਉਹਨੇ ਕਿਹਾ ਕੰਮ ਕਰ ਲਾ ਉਸ ਤੋਂ ਬਾਅਦ ਫਿਰ ਉਹ ਮੈਨੂੰ ਮਤਲਬ ਕਹਿੰਦੀ ਕੰਮ ਕਰ ਲਾ ਏਦਾਂ ਕਹੀ ਗਈ ਕਈ ਮੁੜ ਕੇ ਕਹਿੰਦੀ ਨਹੀਂ ਪੂਜਾ ਘਰ ਨੀ ਚੇਂਜ ਹੋਣਾ ਮਾਂ ਮੈਡਮ ਜੀ ਤੁਸੀਂ ਤੇ ਉਦੋਂ ਕਿਹਾ ਸੀ ਵੀ ਮੈਂ ਤੇਰਾ ਇੱਕ ਵਾਰੀ ਘਰ ਚੇਂਜ ਕਰਾਉਂਗੀ ਆਂਦੀ ਕਿ ਨਹੀਂ ਆਂਦੀ ਘਰ ਨੀ ਚੇਂਜ ਹੋਣਾ ਕਹਿੰਦੀ ਇਹ ਤੇ ਇੱਥੋਂ ਵਾਲੀ ਮੈਡਮ ਦੇ ਹੱਥ ਵਸ ਆ ਤੇ ਉਹ ਜਿਹੜੀ ਮੈਡਮ ਸੀ ਜਿਹੜੀ ਮੇਰੇ ਨਾਲ ਕੁੜੀ ਗਈ ਉਹ ਭੱਜ ਗਈ ਸੀ ਤੇ ਉਹਨੇ ਮੈਨੂੰ ਕਾਲੀ ਕਾਲੀ ਚ ਉਹਨਾਂ ਦੇ ਘਰੇ ਕੰਮ ਤੇ ਭੇਜਤਾ ਜਿਹੜੇ ਮੇਰੇ ਤੋਂ ਪਹਿਲਾਂ ਕੁੜੀਆਂ ਆਈਆਂ ਸੀ ਉਹਨਾਂ ਨੂੰ ਨੀ ਕੰਮ ਤੇ ਭੇਜਿਆ ਉਹ ਹਾਲੇ ਤੱਕ ਉਹਦੇ ਘਰੇ ਬੈਠੀਆਂ ਏ ਤੇ ਮੈਨੂੰ ਪਹਿਲਾਂ ਭੇਜਤਾ ਵੀ ਇਹਨੇ ਵੀ ਉਹਦੇ ਨਾਲ ਭੱਜ ਜਾਣਾ ਏ ਤੇ ਮੈਂ ਕਿਹਾ ਮੈਂ ਕਿਤੇ ਭੱਜਣੇ ਮਾਂ ਮੈਨੂੰ ਤੂੰ ਵਧੀਆ ਘਰ ਵੇਖ ਕੇ ਦਿੰਦੀਓ ਵੀ ਚੱਲ ਮੈਨੂੰ ਵੀ ਚੱਲ ਸਹਿਜ ਮਤੇ ਨਾਲ ਘਰ ਲੱਭ ਦਿੰਦੀਓ ਤੇ ਪਰ ਵੀ ਇਹਨੇ ਮੈਨੂੰ ਕਾਲੀ ਜਦੋਂ ਤੂੰ ਇੱਥੋਂ 에ਅਰਪੋਰਟ ਤੋਂ ਚੜੀ ਅੰਮ੍ਰਿਤਸਰ ਚੜੀ ਸੀ ਦਿੱਲੀ ਜਿਹੜੀ ਨਹੀਂ ਮੈਂ ਅੰਮ੍ਰਿਤਸਰ ਚੜੀ ਤੇ ਤੈਨੂੰ ਕਿਸੇ ਨੇ ਕੋਈ ਅੰਮ੍ਰਿਤਸਰ ਜਾਂ ਤੈਨੂੰ ਕੋਈ ਓਮਾਨ 에ਅਰਪੋਰਟ ਤੇ ਨਹੀਂ ਕੋਈ ਆਪਣਾ ਪੰਜਾਬੀ ਭੈਣ ਜਾਂ ਵੀਰ ਮਿਲਿਆ ਨਹੀਂ ਕਈ ਨਾ ਕਈ ਕਿਉਂਕਿ ਮੈਂ ਤਾਂ ਪੁੱਛ ਰਿਹਾ ਵਾਂ ਕਿ ਕਈ ਵੀਰਾਂ ਨੂੰ ਵੀ ਪਤਾ ਹੁੰਦਾ ਜਾਂ ਕੁੜੀਆਂ ਨੂੰ ਵੀ ਪਤਾ ਹੁੰਦਾ ਵੀ ਕੀ ਚੱਲ ਰਿਹਾ ਹਨਾ ਤੇ ਉਹ ਫਿਰ ਕੁੜੀਆਂ ਨੂੰ ਰਾਹ ਚ ਟੋਕਦੇ ਆ ਰੋਕਦੇ ਆ ਕਿ ਭੈਣ ਨਾ ਤੋਂ ਬਾਹਰ ਜਾ ਓਮਾਨ ਨਾ ਜਾ ਤੇ ਹਾਂ ਤੇ ਸੱਚ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੂੰ ਓਮਾਨ ਜਾਣਾ ਸੀਗਾ ਏਜੰਟ ਨੇ ਤੈਨੂੰ ਕੀ ਕਿਹਾ ਸੀਗਾ ਵੀ ਕੋਈ 에ਅਰਪੋਰਟ ਤੇ ਮਿਲੇ ਜਾਂ ਇਦਾਂ ਕੁਝ ਕਿਹਾ ਸੀ ਤੈਨੂੰ ਕਿਸੇ ਨੇ ਨਹੀਂ ਨਹੀਂ ਮੈਨੂੰ ਤਾਂ ਕੱਲੀ ਜਰਾ ਆਪਾਂ ਉੱਥੇ ਉਤਰ ਗਏ ਸੀ ਦੁਬਈ ਇੱਕ ਦੋ ਦਿਨ ਉਹ ਸਮਝਾਉਂਦੇ ਨਹੀਂ ਹੁੰਦੇ ਵੀ ਤੁਸੀਂ ਜੇ ਕੋ ਤੁਹਾਨੂੰ ਕੋਈ ਪੁੱਛੇ ਵੀ ਕੀ ਕਹਿਣਾ ਉਹਨੇ ਮੈਨੂੰ ਕਿਹਾ ਕਿ ਤੁਸੀਂ ਕਹਿਣਾਗਾ ਕਿ ਆਪਾਂ ਉੱਥੇ ਕੋਈ ਆਪਣੀ ਸਿਸਟਰ ਆ ਤੇ ਉਹਦੇ ਕੋਲ ਚੱਲਾਂਗਾ ਆ ਘੁੰਮਣ ਘੁੰਮਣ ਚੱਲੀ ਹਾਂਜੀ ਉਹਨੇ ਇਹ ਗੱਲ ਕਹੀ ਇਦਾਂ ਕਹਿੰਦੇ ਆ ਇਹ ਉਹਨੇ ਇਹ ਗੱਲ ਕਹੀ ਵੀ ਘੁੰਮਣ ਚੱਲਾਂਗਾ ਬਾਕੀ ਇੱਥੋਂ ਇਹਨਾਂ ਘਰ ਜਾਣੇ ਤਾਂ ਮੈਨੂੰ ਬੜਾ ਕਿਹਾ ਸੀ ਇਹਨਾਂ ਵੀਰ ਨੇ ਮੇਰੇ ਨੇ ਬਹੁਤ ਕਿਹਾ ਸੀ ਵੀ ਤੂੰ ਨਾ ਜਾ ਨਾ ਜਾ ਪਰ ਮੈਂ ਨਹੀਂ ਕਿਸੇ ਦੇ ਪਿੱਛੇ ਲੱਗੀ ਮਾਂ ਨਹੀਂ ਮੈਂ ਕਰੀ ਜਾਣਾ ਹੈ ਵੇਖ ਕੇ ਆਉਣਾ ਮਾਹੌਲ ਚੱਲ ਜਾਣਾ ਫਿਰ ਨਹੀਂ ਨਹੀਂ ਵੀਰੋ ਹੁਣ ਉੱਥੇ ਨਹੀਂ ਜਾਣਾ ਭਾਈ ਅਰਦਾਸ ਕਰਿਆ ਕਰ ਗੁਰੂ ਘਰ ਜਾ ਕੇ ਕਰ ਬਾ ਸ਼ੁਕਰ ਆ ਤੇਰਾ ਚਲ ਵੀ ਚੱਲ ਕੀ ਤਾਂ ਕਿਹੜੇ ਕਰਮਾਂ ਦਾ ਤੇਰਾ ਲੈਣਾ ਦੇਣਾ ਜਿਹੜਾ ਪੂਰਾ ਆ ਇਹ ਵਿਚਾਰੀ ਸੇ ਦੀਆਂ ਜਿਵੇਂ ਨਾਲ ਹਾਂ ਨਹੀਂ ਮੈਨੂੰ ਪਸੰਦ ਨਹੀਂ ਚਾਹ ਨਹੀਂ ਪਸੰਦ ਨਹੀਂ ਚਾਹ ਨਹੀਂ ਬਣਾਈ ਮੈਂ ਉਹਨੂੰ ਪਸੰਦ ਸਾਡੇ ਇਹਨੂੰ ਪਸੰਦ ਸਾਡੇ ਅਮਲੀ ਨੂੰ ਇਹਨੇ ਤਰ ਕਰ ਦੋ ਸਾਰੀ ਕਹਿਣਾ ਚਾਹ ਦੇ ਨਹੀਂ ਕੋਈ ਗੱਲ ਨਹੀਂ ਦੁੱਧ ਨਹੀਂ ਪੀਣਾ ਇਹਨੇ ਠੀਕ ਹੈ ਚਲੋ ਸ਼ੁਕਰ ਹੈ ਰੱਬ ਦਾ ਇਹ ਵੀਰੇ ਬੱਚੀ ਸੀਗੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਕਿ ਸੁਲਤਾਨਪੁਰ ਵਾਲੀ ਏਜੰਟ ਨੇ ਪੂਜਾ ਨੇ ਕੀ ਨਾਂ ਸੀ ਉਹਦਾ ਨਾਂ ਏਜੰਟ ਦਾ ਜੋਤੀ ਜੋਤੀ ਸੁਲਤਾਨਪੁਰ ਵਾਲੀ ਜੋਤੀ ਏਜੰਟ ਨੇ ਇਹਨੂੰ ਵਿਚਾਰੀ ਨੂੰ ਫਸਾਇਆ ਸੀਗਾ ਪਹਿਲਾਂ ਉਹਦੇ ਆਪਾਂ ਪਿੰਡ ਗਏ ਸੀਗੇ ਅਦਾਲਤ ਚੱਕ ਗਏ ਪੇਕੇ ਵੀ ਗਏ ਸਹੁਰੇ ਗਏ ਉਹਦਾ ਆਪਾਂ ਮੋਟਰਸਾਈਕਲ ਲੈ ਕੇ ਆਉਂਦਾ ਸੀਗਾ ਤੁਸੀਂ ਕਿਹਾ ਸੀਗਾ ਕਿ ਵੀਰੋ ਲੈ ਗਰੀਬ ਬੰਦੇ ਦਾ ਮੋਟਰਸਾਈਕਲ ਤੁਸੀਂ ਲੈ ਆਉਂਦਾ ਵਾ ਤੇ ਤੁਸੀਂ ਉਹਨਾਂ ਧੱਕਾ ਕਰਦੇ ਆ ਪਰ ਜੇਕਰ ਉਹਦੇ ਨਾਲ ਅਸੀਂ ਥੋੜਾ ਜਿਹਾ ਸਖਤੀ ਵਰਤੀ ਤੇ ਇਹ ਭੈਣ ਤਾਂ ਆਦੀ ਇੰਡੀਆ ਆਈ ਆ ਨਹੀਂ ਤੇ ਤੁਹਾਨੂੰ ਪਤਾ ਕਿ ਜਿਹੜੇ ਲੋਕ ਵਾ ਜਿਹੜੇ 10-10, 20-20 ਹਜ਼ਾਰ ਤੇ ਵਿਕ ਜਾਂਦੇ ਆ ਪਰ ਜੇਕਰ ਇਹਨਾਂ ਨਾਲ ਆਪਾਂ ਸਖਤੀ ਨਹੀਂ ਕਰਦੇ ਇਹ ਫਿਰ ਐਡਰੈਸ ਨਹੀਂ ਦਿੰਦੇ ਆਪਾਂ ਨੂੰ ਇਹ ਆਪਣੇ ਨਾਲ ਕਰਦੇ ਨਹੀਂ ਆ ਸਮਝੌਤਾ ਨਹੀਂ ਕਰਦੇ ਕਿਉਂਕਿ ਅਸੀਂ ਸਾਡੇ ਉਹ ਦੁਸ਼ਮਣ ਨਹੀਂ ਹੈਗੇ ਪਰ ਮੈਂ ਸਾਰੀਆਂ ਭੈਣਾਂ ਨੂੰ ਇਸ ਭੈਣ ਦੇ ਜਰੀਏ ਇੱਕ ਸੁਨੇਹਾ ਦੇਣਾ ਚਾਹੁੰਦਾ ਵਾਂ ਇਹ ਭੈਣ ਤਾਂ ਖੁਦ ਹੀ ਦੱਸੂਗੀ ਤੂੰ ਭੈਣ ਆਪ ਖੁਦ ਸੁਨੇਹਾ ਦੇ ਹਾਂਜੀ ਵੀਰ ਜੀ ਉੱਥੇ ਬਹੁਤ ਬੁਰਾ ਹਾਲ ਆ ਉੱਥੇ ਕੁੜੀਆਂ ਦਾ ਇਹ ਕੋਈ ਝੂਠ ਨਹੀਂ ਹੈਗਾ ਵੀ ਕੁੜੀਆਂ ਇਹ ਕਹਿ ਦਿੰਦੇ ਕਈ ਵੀਰ ਕਹਿ ਦਿੰਦੇ ਕੰਮ ਕਰਨ ਦੀਆਂ ਮਾਰੀਆਂ ਉੱਥੇ ਘਰ ਵੱਡੇ ਕੰਮ ਕਰਨ ਦੀਆਂ ਮਾਰੀਆਂ ਭੱਜ ਆਉਂਦੀਆਂ ਹੈਗੀਆਂ ਵੀਰੇ ਜਿਹੜੇ ਵੀਰ ਇਹ ਕਹਿੰਦੇ ਆ ਨਾ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਖੁਦ ਉੱਥੇ ਰਹਿ ਕੇ ਆਈ ਹਾਂ
ਕੋਈ ਇਹ ਝੂਠੀ ਗੱਲ ਨੀ ਹੈਗੀ, ਸਹੀ ਗੱਲ। ਉੱਥੇ ਬਹੁਤ ਭੈਣਾਂ ਫਸੀਆਂ ਹੈਗੀਆਂ, ਮੇਰੇ ਫੋਨ ਚ ਖੁਦ ਕੁੜੀਆਂ ਦੀਆਂ ਫੋਟੋਆਂ ਸੀ ਪਰ ਹੁਣ ਮੇਰੇ ਵੀਰ ਨੇ ਡਿਲੀਟ ਕਰਤੀਆਂ ਹੈਗੀਆਂ। ਪਰ ਸੱਚੀ ਉੱਥੇ ਭੈਣਾਂ ਦਾ ਬਹੁਤ ਬੁਰਾ ਹਾਲ ਆ। ਪਰ ਜੇ ਕੋਈ ਜਾਂਦਾ ਗਾ ਉੱਥੇ, ਉਹ ਵੀ ਕੋਈ ਸ਼ੌਂਕ ਨੂੰ ਨੀ, ਘਰ ਦੀ ਮਜਬੂਰੀ ਖਾਤਰ ਜਾਂਦਾ ਗਾ। ਤੇ ਪਰ ਜੇ ਉੱਥੇ ਜਾ ਕੇ ਗਲਤ ਹੁੰਦਾ ਗਾ ਉਹ ਚ ਫਿਰ ਹੁਣ ਸਾਡੀ ਥੋੜੀ ਨਾ ਕੋਈ ਗਲਤੀ ਆ। ਹੁਣ ਵੀਰ ਜੀ ਉਹ ਉੱਥੇ ਹੁਣ ਜੋ ਵੀ ਹੋਇਆ ਹੁਣ ਸਾਰੇ ਉੱਥੇ ਮੰਨ ਹੀ, ਉਹ ਵਾਲੀ ਕੰਟਰੀ ਤਾਂ ਕੁੜੀਆਂ ਦੇ ਜਾਣ ਵਾਲੀ ਹੈ ਹੀ ਨੀ ਹਨਾ, ਪਹਿਲੀ ਗੱਲ। ਹੁਣ ਸਾਰੀਆਂ ਭੈਣਾਂ ਨੂੰ ਇਹ ਕਹਿੰਦੀ ਵੀ ਉੱਥੇ ਨਾ ਕੋਈ ਵੀ ਜਾਵੇ ਅਮਾਨ ਕੰਟਰੀ ਚ। ਸੋ ਮੈਂ ਸਾਰੀਆਂ ਇਸ ਵੀਡੀਓ ਬਣਾਉਣ ਦਾ ਸਾਡਾ ਇਹ ਮਕਸਦ ਸੀ ਕਿਉਂਕਿ ਇੰਡੀਆ ਬੱਚੀ ਆਈ ਆ, ਮੈਂ ਇੰਟਰਵਿਊ ਇਹਦੀ ਇਸੇ ਕਰਕੇ ਲੈਣ ਆਇਆ ਸੀ ਅੱਜ, ਕਿਉਂਕਿ ਸੰਗਤ ਕਹਿੰਦੀ ਸੀ ਕਿ ਯਾਰ ਤੁਸੀਂ ਬੋਲੋ, ਰੌਲਾ ਪਾਓ ਪੂਰਾ, ਤਾਂ ਜੋ ਜਿਹੜੀਆਂ ਹੋਰ ਕੁੜੀਆਂ ਵਾ ਵੀ ਜਿਹੜੀਆਂ ਬਾਹਰ ਜਿਹੜਾ ਜਾਣਾ ਚਾਹੁੰਦੀਆਂ ਵਾ ਉਹ ਨਾ ਜਾਣ, ਖਾਸ ਤੌਰ ਤੇ ਇਹ ਓਮਾਨ ਦੇਸ਼ ਦੇ ਵਿੱਚ, ਕਿਉਂਕਿ ਦੇਸ਼ ਨੀ ਮਾੜਾ, ਲੋਕ ਕਈ ਮਾੜੇ ਆ, ਕੋਈ ਆਪਣੇ ਲੋਕ ਹੀ ਮਾੜੇ ਆ ਜਿਹੜੇ ਰਲ ਕੇ ਉਹਨਾਂ ਨਾਲ ਗਲਤ ਜਿਹੜੇ ਇਹ ਬੱਚਿਆਂ ਨੂੰ ਵਿਚਾਰੀਆਂ ਨੂੰ ਗਲਤ ਸਾਂ ਸੁੱਟ ਦਿੰਦੇ ਆ। ਸੋ ਜਿਹੜਾ ਵੀ ਵੀਰ ਇਸ ਵੀਡੀਓ ਨੂੰ ਵੇਖ ਰਿਹਾ ਵਾ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਹੈ ਨਹੀਂ ਪੁੱਤ ਬਹੁਤ ਆ ਹਨਾ। ਤੇ ਸੋ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਕਿ ਵੱਧ ਤੋਂ ਵੱਧ ਇਹ ਬੱਚਿਆਂ ਨੂੰ ਸਮਝਾਓ ਕਿ ਭੈਣੋ ਬਾਹਰਲੇ ਦੇਸ਼ ਦੇ ਵਿੱਚ ਓਮਾਨ ਵਰਗੀ ਕੰਟਰੀ ਦੇ ਵਿੱਚ ਜਿਹੜਾ ਬੱਚਿਆਂ ਵਾਸਤੇ ਉਹ ਸੇਫ ਨਹੀਂ ਹੈਗਾ। ਜੇਕਰ ਜਿੰਨੇ ਵੀ ਜਾਣਾ ਵਾ ਆਪਣੀ ਪੂਰੀ ਤਸੱਲੀ ਕਰਕੇ ਜਾਵੇ, ਪਹਿਲੀ ਤਾਂ ਗੱਲ ਜਾਵੇ ਨਾ, ਦੂਸਰੀ ਗੱਲ ਜਿੰਨੇ ਜਾਣਾ ਵਾ ਜੇਕਰ ਉਹਦਾ ਕੋਈ ਆਪਦਾ ਕੋਈ ਸਕਾ ਹੈਗਾ ਵਾ ਜਿਹਦੇ ਤੇ ਵਿਸ਼ਵਾਸ ਵਾ ਕਿ ਇਹ ਸਾਡੇ ਨਾਲ ਗਲਤ ਨਹੀਂ ਕਰ ਸਕਦਾ, ਤਾਂ ਜਾਵੇ। ਉਦਾਂ ਮੇਰੇ ਭਰਾ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਇੱਥੇ ਥੋੜੀ ਖਾ ਲਓ, ਇਹ ਉਹਦੇ ਵਿੱਚ ਹੀ ਬਰਕਤ ਆ, ਉਹਦੇ ਵਿੱਚ ਹੀ ਇੱਜ਼ਤ ਵਾ, ਉਹਦੇ ਵਿੱਚ ਹੀ ਸਰਦਾਰੀ ਆ। ਪਰ ਬਾਹਰ ਜਦੋਂ ਜਾਂਦੀਆਂ ਫਿਰ ਸੰਸਥਾ ਵਾਲੇ ਨੂੰ ਵੀ ਭੱਜ ਨੱਠ ਕਰਨੀ ਪੈਂਦੀ ਆ, ਫਿਰ ਆਪਾਂ ਵੀ ਥੋੜੇ ਤੰਗ ਪਰੇਸ਼ਾਨ ਹੁੰਦੇ ਹਾਂ। ਸੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਭੈਣਾਂ ਨੂੰ ਬੇਨਤੀ ਮੈਂ ਕਰਨਾ ਚਾਹੁੰਦਾ ਵਾਂ ਕਿ ਨਾ ਜਾਵੇ ਮੇਰੀ ਭੈਣਾਂ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹੀ ਗੱਲ ਆ, ਫਿਰ ਆਂਦੀ ਮੰਮਾ ਕਿੱਥੇ ਜਾਣਾ ਸਿੰਗਾਪੁਰ? ਉਹ ਵੀਰ ਜੀ ਤੁਹਾਡੀ ਸਲਾਹ ਨਾ ਹੀ ਮੈਂ ਕਹਿੰਦੀ, ਪੁੱਤ ਮੇਰੀ ਸਲਾਹ ਕੋਈ ਨਹੀਂ ਮੈਨੂੰ ਉਹਦੇ ਬਾਰੇ, ਠੀਕ ਹੈ ਨਾ। ਪਤਾ ਕੀ ਪੁੱਤ, ਸਿੰਗਾਪੁਰ ਮੈਂ ਮੰਨਦਾ, ਸਿੰਗਾਪੁਰ ਦਾ ਤਾਂ ਨਹੀਂ ਐਵੇਂ ਭੈਣ ਮੈਂ ਆਖਾਂ ਕੋਈ ਮੇਰੇ ਕੋਲ ਅੱਜ ਤੱਕ ਕੋਈ ਆਇਆ ਹਨਾ। ਹਾਂ ਮੈਂ ਤੈਨੂੰ ਬਾਥਰੂਮ ਲੈ ਜਾਣਾ, ਜਾ ਚੱਲ। ਹਾਂ ਠੀਕ ਹੈ, ਧੰਨਵਾਦ, ਕੱਟ ਲਾ। ਹੈਲੋ, ਹਾਂ ਭੈਣ ਸਤਿ ਸ਼੍ਰੀ ਅਕਾਲ। ਪਛਾਣਿਆ ਨੀ? ਮੋਟਰਸਾਈਕਲ ਨੀ ਲੈ ਕੇ ਗਿਆ ਤੁਹਾਡਾ? ਮੈਂ ਕਿਹਾ ਅਸੀਂ ਸੇਵਾ ਸੁਸਾਇਟੀ ਤੋਂ ਬੋਲਦੇ ਹਾਂ, ਮਰਹਾਣੇ ਤੋਂ, ਤਰਨ ਤਾਰਨ ਤੋਂ। ਹੈਲੋ ਮੈਡਮ ਜੀ, ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਆ? ਜਿਹਨੂੰ ਘੱਲਿਆ ਸੀ ਤੁਸੀਂ? ਠੀਕ ਆ ਪੂਜਾ, ਹੋਰ ਸੁਣਾ ਕੀ ਹਾਲ ਆ? ਹਾਂਜੀ ਠੀਕ ਵਧੀਆ, ਹੋਰ ਤੁਸੀਂ ਦੱਸੋ? ਬਹੁਤ ਬਹੁਤ ਵਧਾਈਆਂ ਤੁਹਾਨੂੰ। ਹਾਂਜੀ ਹੋਰ ਕੀ ਹਾਲ ਆ? ਹੁਣ ਛੱਡਤਾ ਕੰਮ, ਕੁੜੀਆਂ ਭੇਜਣ ਦਾ ਕਿ ਹਾਲੇ ਭੇਜਦੇ ਜੋ?
ਹੈਲੋ ਕੱਟਿਆ ਨੀ ਕੱਟਿਆ ਗਿਆ ਆਪੇ ਆਪਣੀ ਨਾਲ ਰੱਖੀ ਕਦੇ ਇਹਨੂੰ ਇਹੋ ਜਿਹੀਆਂ ਗੱਲਾਂ ਗੂਗਲ ਪੇ ਨੰਬਰ ਦੇ ਦੇ ਨਹੀਂ ਪਹਿਲੇ ਤੇ ਲੈਣਾ ਦੇਣਾ ਆ ਹਨਾ ਮੈਂ ਆਪਦੀ ਧੀ ਵਾਸਤੇ ਕਰਨ ਡਿਆ ਰੱਬ ਇਹਨੂੰ ਇਹਨੇ ਤੂੰ ਵੱਡੀ ਹੋ ਗਿਆ ਏਦੇ ਯਾਰ ਕੀ ਲੱਗਿਆ ਕਰ ਮੇਲਾ ਮਿਲਣਾ ਹੈ ਮੇਲਾ ਰਹਿਣੀ ਕੋਈ ਨੀ ਤੈਨੂੰ ਸਵੇਰੇ ਸੋਰ ਸਿੰਘ ਛੱਡ ਜਾਣਗੇ ਹਾਂ ਵੀ ਛੱਡ ਜਾਏਗਾ ਨਾ ਸਿਰ ਸੋਰ ਸਿੰਘ ਤੇ ਇੱਦਾਂ ਕਰੇ ਤੁਹਾਡੇ ਦੂਜਾ ਹੈਗਾ ਕੁਕੜਾ ਲੈ ਮੇਰੇ ਉੱਥੇ ਨੂੰ ਪਾ ਦਿਓ ਥੱਲੇ ਸੁੱਕ ਪਾ ਕੇ ਚੰਗਾ ਵੀਰ ਧੰਨਵਾਦ ਭਰਾ ਤੇਰਾ ਵੀ ਤੁਸੀਂ ਮਾਮਾ ਇਹ ਲੱਗਦਾ ਕਿ ਮਾਮਾ ਇਹਦਾ ਵਾਹਿਗੁਰੂ ਚੰਗਾ ਮਾਤਾ ਜੀ ਦੱਸਾਂ ਅੱਜ ਵੀ ਜਦੋਂ ਮੈਂ ਤੁਹਾਡੇ ਵੱਲੋਂ ਆਉਣ ਡਿਆ ਨਾ ਰਸਤੇ ਚ ਆਉਣ ਡਿਆ ਕੋਈ ਆਸ਼ਰਮ ਚ ਫੋਨ ਆ ਗਿਆ ਕਿ ਕੋਈ ਮਿਲਣ ਆਉਣ ਡਿਆ ਵਾ ਫੇਰ ਵਾਪਸ ਜਾਣਾ ਪੈ ਗਿਆ ਮੈਨੂੰ ਉਦਣ ਜਿੱਦਣ ਪਹਿਲਾਂ ਵੀ ਇੱਕ ਦਿਨ ਤੁਹਾਨੂੰ ਮੈਂ ਕਿਹਾ ਸੀਗਾ ਉਦਣ ਵੀ ਪਤਾ ਨੀ ਕੋਈ ਐਮਰਜੈਂਸੀ ਆ ਗਈ ਫਿਰ ਉਧਰ ਜਾਣਾ ਪਿਆ ਵੀ ਕਈ ਵਾਰੀ ਘਰ ਦੇ ਮੈਂ ਆਪਣੇ ਆਪਣੀ ਵਾਈਫ ਨੂੰ ਤੇ ਬੱਚਿਆਂ ਨੂੰ ਕਈ ਵਾਰੀ ਤਿਆਰ ਕਰਕੇ ਨਾ ਪੂਰਾ ਤਿਆਰ ਕਰਕੇ ਫਿਰ ਇਹਨਾਂ ਨੂੰ ਆਹੋ ਇਹਨਾਂ ਨੂੰ ਛੱਡਣ ਜਾਣਾ ਪੈਂਦਾ ਹਾਂ ਕੋਈ ਗੱਲ ਨੀ ਭੈਣ ਵਾਹਿਗੁਰੂ ਮਿਹਰ ਕਰੇ ਚਲੋ ਰੱਬ ਤੈਨੂੰ ਵਿਆਹ ਚ ਸੱਦਣਾ ਜੀ ਮੈਨੂੰ ਇਹਦੇ ਸੱਦਣਾ ਮੈਨੂੰ ਵਿਆਹ ਦੇ ਇਹਨਾਂ ਕੋਲ ਨੀ ਵਿਆਹ ਕਰਾਂਗੇ ਆਪਾਂ ਇਹਦਾ ਸਾਰਾ ਸੇਵਾ ਚ ਵਿਆਹ ਕਰਾਂਗੇ ਅਲੀ ਪੁੱਤ ਤੇਰਾ ਵਿਆਹ ਕਰਾਂਗੇ ਸਾਰਾ ਸੇਵਾ ਚ ਹਨਾ ਹਾਂ ਕੋਈ ਚੱਕਰ ਨੀ ਆ ਮੈਨੂੰ ਵਿਆਹ ਤੋਂ ਬਸ ਤੁਸੀਂ ਨਾ ਵਾਹਿਗੁਰੂ ਮਿਹਰ ਕਰੇ 15-20 ਦਿਨ ਮੈਨੂੰ ਪਹਿਲਾਂ ਦੱਸਣਾ ਜੀ ਅਲੀ ਪੁੱਤ ਤੇਰਾ ਵਿਆਹ ਕਰਾਂਗੇ ਸੇਵਾ ਚ ਆਪਾਂ ਹਨਾ ਹਾਂ ਮੈਨੂੰ 15-20 ਦਿਨ ਪਹਿਲਾਂ ਦੱਸ ਦਿਓ ਤੇ ਤੂੰ ਮੁੰਡਾ ਵੇਲਾ ਤੇ ਘਰ ਨੀ ਵੇਖ ਸਕਦੀ ਵੇਖ ਆਵਾਂਗੇ ਚਲੋ ਵਾਹਿਗੁਰੂ ਮਿਹਰ ਕਰੇ ਹਨਾ ਮੇਰੀ ਕੁੜੀ ਵਾਹਵਾ ਵੀ ਪੜੀ ਆ ਨਾ ਇੱਥੋਂ ਕੱਟ ਲੈ ਆ ਜਾ ਸ਼ਮਸ਼ੀਰ